लो जी थानू दस दिए ये हैगा फोर्ड F-150 ये अपने पंजाबियों का ज सारे का ही बहुत बहुत फेवरेट व्हीकल आ। पिछले किन्ने साल रो चुका जो सब तो बेस्ट सैलिंग व्हीकल है 53 ईयर्स इन अ रो लो जी हे उड़ना ही नहीं। बाकी थानू नाल दी नाल जिहो जिहा एक्सपीरियंस रहेगा पहले चार्जिंग दा वह भी दिखावांगे। हाँ जी सत श्री अकाल जी, अज थानू दिखालदे आ भी कैनेडा दे विच जो तुसीं कोई नवीं गड्डी बाय करदे आ ਤਾਂ ਉਹ ਪ੍ਰੋਸੀਜਰ ਕੀ ਆ, ਕਿੰਨਾ ਕੁ ਸੌਖਾ ਕਿੰਨਾ ਕੁ ਔਖਾ, ਕਿਵੇਂ ਆ? ਅੱਜ ਅਸੀਂ ਆਏ ਸੀਗੇ ਇੱਥੇ ਪਿਛਲੇ ਕੁਛ ਕੁ ਦਿਨਾਂ 'ਚ ਅਲਬਰਟਾ 'ਚ ਆਏ ਸੀਗੇ ਇੱਥੇ ਕੈਲਗਰੀ ਸਟੂਡੀਓ ਦੇ ਵਿੱਚ। ਹੁਣ ਕੈਲਗਰੀ ਫੋਰਡ ਵਾਲਿਆਂ ਦੇ ਆ, ਮੈਟਰੋ ਫੋਰਡ ਸ਼ਾਇਦ ਆ ਕੰਪਨੀ ਦਾ ਨਾਂ ਆ। ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿੰਨਾ ਸਿੰਪਲ ਆ ਇੱਥੇ ਜਦੋਂ ਤੁਸੀਂ ਗੱਡੀ ਵਾਏ ਕਰਦੇ ਆ। ਆ ਜਾਓ ਸਤਿ ਸ਼੍ਰੀ ਅਕਾਲ ਜੈਗ ਭਾਜੀ। ਜੈਗ ਭਾਜੀ ਕੀ ਹਾਲ ਹੈ ਜੀ? ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਇਹ ਸਾਡੇ ਜੈਗ ਭਾਜੀ ਆ, ਇਹ ਮੈਟਰੋ ਫੋਰਡ ਕੈਲਗਰੀ। ਸੋ ਅਸੀਂ ਇਹਨਾਂ ਨੂੰ ਸਿਰਫ ਤੁਸੀਂ ਇਹ ਦੇਖ ਲਓ ਆਪਾਂ ਦੋ ਕੁ ਦਿਨ ਹੋਏ ਮਿਲਣ ਨੂੰ, ਪਰ ਬਹੁਤ ਬਹੁਤ ਪਿਆਰ ਪੈ ਗਿਆ। ਐਂਡ ਥੈਂਕ ਯੂ ਵੈਰੀ ਮੱਚ ਜਿਹੜੀ ਗੱਡੀ ਤੁਸੀਂ ਸਾਨੂੰ ਲਈ ਆ ਨਾ ਤੁਹਾਡੇ ਕੋਲ, ਅਸੀਂ ਪਿਛਲੇ 1.5-2 ਸਾਲ ਦੀ ਵੇਟ ਕਰਦੇ ਸੀਗੇ। ਪਹਿਲਾਂ ਤੁਹਾਡਾ ਥੈਂਕ ਯੂ, ਔਰ ਉਸ ਤੋਂ ਵੀ ਵੱਡਾ ਰਾਜੀ ਭਾਜੀ ਦਾ ਥੈਂਕ ਯੂ, ਐਂਡ ਗੁਰਲਾਲ ਭਾਈ ਦਾ ਥੈਂਕ ਯੂ ਇਹ ਸਾਰੇ। ਐਂਡ ਅਸੀਂ ਨਾ ਹੁਣ ਇਹ ਮੈਂ ਬਣਾ ਰਿਹਾ ਸੀ, ਮੈਂ ਕਿਹਾ ਵੀ ਪਤਾ ਲੱਗੇ ਵੀ ਕੈਨੇਡਾ ਦੇ ਵਿੱਚ ਜਦੋਂ ਆਪਾਂ ਗੱਡੀਆਂ ਲੈਂਦੇ ਹਾਂ ਵੀ ਕਿੰਨਾ ਈਜ਼ੀ ਆ। ਸੋ ਇਹ ਇਹ ਜਿੱਦਾਂ ਦੱਸਿਆ ਹੀ ਆ ਵੀ ਤੁਸੀਂ ਤੁਹਾਡਾ ਨਿਕਨੇਮ ਜੱਗਾ ਵੀ ਕਹਿੰਦੇ ਆ, ਜੱਗਾ ਜਾਂ ਜੈਕ ਧਾਲੀਵਾਲ। ਸੋ ਹੁਣ ਇੱਥੇ ਸਾਰਾ ਪੇਪਰ ਵਰਕ ਵਗੈਰਾ ਹੁੰਦਾ ਆ, ਚਲੋ ਅਸੀਂ ਬਾਹਲੇ ਉਹ ਡਿਟੇਲ 'ਚ ਨਹੀਂ ਜਾਵਾਂਗੇ। ਸੋ ਉਹ ਪੇਪਰ ਵਰਕ ਆਪਣਾ ਸਾਰਾ ਕੰਪਲੀਟ ਹੋ ਗਿਆ। ਹਾਂਜੀ ਹਾਂਜੀ ਹੋ ਗਿਆ ਜੀ। ਐਨ ਪਲੱਸ ਸਾਰਾ ਕੁਛ ਇੱਥੇ ਹੋ ਗਿਆ। ਗੱਡੀ ਸਾਡੀ ਬਾਹਰ ਆ, ਆ ਜਾਓ ਸਾਨੂੰ ਦਿਖਾਓ ਅਤੇ ਨਾਲ ਦੀ ਨਾਲ ਆਪਾਂ ਗੱਡੀਆਂ 'ਤੇ ਚੱਲਦੇ, ਠੀਕ ਹੈ ਜੀ? ਆਓ ਜੀ, ਤੁਸੀਂ ਜਾਕਟ ਨਹੀਂ ਪਾਉਣੀ? ਨਹੀਂ ਨਹੀਂ, ਕੋਟੀ ਹੈਗੀ ਆ, ਬਾਕੀ ਇੱਥੇ ਠੰਡ ਦੇ ਚੜਾ ਕੇ ਕੈਲਗਰੀ ਦੇ ਜੰਮੇ ਪਏ। ਹਾਂ ਕੈਲਗਰੀ ਦੇ ਜੰਮੇ ਪਏ ਪੰਜਾਬੀ ਬਲਾਡਾ। ਇੱਕ ਜਿਹੜੀ ਨਾ ਸੱਚੀ ਜੈਗ, ਮੈਂ ਪਿਛਲੇ ਬਹੁਤ ਚਿਰ ਤੋਂ, ਮੈਂ ਕਿਉਂਕਿ ਤੁਹਾਨੂੰ ਪਤਾ ਵੀ ਉੱਥੇ BC ਤੋਂ ਆ, ਸਾਡੇ ਤਾਂ ਕਈ ਚਿਰਾਂ ਦੀ ਅਸੀਂ ਆਰਡਰ ਕੀਤੀ, ਅਸੀਂ ਲੱਭਦਾ ਹੀ ਨਹੀਂ ਸੀਗਾ। ਥੈਂਕ ਯੂ ਯਾਰ, ਜੋ ਪਹਿਲਾਂ ਥੈਂਕ ਯੂ, ਮੈਂ ਅਗੇਨ ਰਾਜੇ ਬਾਈ ਦਾ ਜਿਹਨਾਂ ਨੇ ਬੁੱਕ ਕੀਤਾ ਸੀਗਾ। ਦਿਖਾਓ ਜੀ ਕਿਹੜੀ ਕਿਹੜੀ ਗੱਡੀ ਹੈ ਜੀ? ਸੋ ਤੁਹਾਡੇ ਲਈ ਆਪਾਂ ਆਹ 2023 ਮਾਡਲ F-150 ਲਾਈਟਨਿੰਗ ਪਲੈਟਨਮ। ਲਾਈਟਨਿੰਗ ਪਲੈਟਨਮ ਜੀ, ਆਹ ਸਭ ਤੋਂ ਪਹਿਲਾਂ F-150 ਨੇ ਕੱਢਿਆ ਹੈਗਾ ਜਿਹੜਾ ਪੂਰਾ ਇਲੈਕਟ੍ਰਿਕ ਹੈਗਾ। ਹਾਂਜੀ ਹਾਂ, ਫੋਰਡ ਦਾ ਸਰ ਨਵਾਂ ਹੀ ਆਇਆ ਮਾਰਕੀਟ ਵਿੱਚ, 22 ਦੇ ਵਿੱਚ ਆਇਆ, ਨਾਲੇ 23 ਦੇ ਵਿੱਚ ਆਇਆ। ਇਹ ਮਾਡਲ 23 ਦਾ? 23 ਦਾ ਜੀ, 2023 ਦਾ। ਅੱਛਾ, ਨਵੇਂ ਸਾਲ ਦੀਆਂ ਵਧਾਈਆਂ ਤੁਹਾਨੂੰ। ਕੀ ਬਾਤ ਹੈ, ਕੀ ਬਾਤ ਹੈ! ਲਓ ਜੀ ਤੁਹਾਨੂੰ ਦੱਸ ਦਈਏ, ਇਹ ਹੈਗਾ ਫੋਰਡ F-150। ਇਹ ਆਪਣੇ ਪੰਜਾਬੀਆਂ ਦਾ ਜਾਂ ਸਾਰਿਆਂ ਦਾ ਹੀ ਬਹੁਤ ਬਹੁਤ ਫੇਵਰੇਟ ਵਹੀਕਲ ਆ। ਵੈਸੇ ਮੈਂ ਜੇ ਮੈਂ ਮਿਸਟੇਕ ਨਹੀਂ ਕਰਦਾ, ਮੇਰੇ ਖਿਆਲ ਪਿਛਲੇ ਕਿੰਨੇ ਸਾਲ ਰੋਹ 'ਚ ਜਿਹੜਾ ਸਭ ਤੋਂ ਬੈਸਟ ਸੈਲਿੰਗ ਵਹੀਕਲ ਆ ਇਹ। 53 ਈਅਰਸ ਇਨ ਅ ਰੋ 53 ਸਾਲ ਤੋਂ ਕੈਨੇਡਾ ਦਾ ਜਿਹੜਾ ਬੈਸਟ ਸੈਲਿੰਗ ਪੂਰੇ ਨੌਰਥ ਅਮੈਰੀਕਾ। ਵਾਹ ਜੀ ਵਾਹ! ਪਰ ਇਹ ਜਿਹੜਾ ਇਹ ਤੁਹਾਨੂੰ ਲੱਗਦਾ ਵੀ ਨੋਰਮਲ, ਇਹ ਨੋਰਮਲ F-150 ਨਹੀਂ ਹੈਗਾ। ਇਹ ਜਿਹੜਾ ਹੈਗਾ, ਪਹਿਲਾਂ ਤੁਹਾਨੂੰ ਇਹਦਾ ਬੈਚ ਦਿਖਾਉਂਦੇ ਹਾਂ, ਫਿਰ ਆਪਾਂ ਜੈਗ ਭਾਈ ਤੋਂ ਸਾਰਾ ਕੁਛ ਪੁੱਛਦੇ ਹਾਂ। ਤੁਸੀਂ ਆ ਬੈਚ ਦੇਖਦੇ ਹੋਣੇ ਆ, ਆ ਬੈਚ ਦੇਖਦੇ ਹੋਣੇ ਆ, ਲਾਈਟਨਿੰਗ ਇਹਦੇ ਵਿੱਚ ਇਹ ਬਿਲਕੁਲ 100% ਇਲੈਕਟ੍ਰਿਕ ਵਹੀਕਲ ਆ। ਇਹ ਕੋਈ ਇਹਦੇ 'ਚ ਪੈਟਰੋਲ ਨਹੀਂ ਪੈਂਦਾ, ਕੋਈ ਡੀਜ਼ਲ ਨਹੀਂ ਪੈਂਦਾ, ਕੋਈ ਕੁਛ ਨਹੀਂਗਾ। ਔਰ ਜਿਹੜਾ ਪਹਿਲਾਂ ਦਾ ਇੰਜਨ ਦਿਖਾਇਆ ਜੀ, ਪਹਿਲਾਂ ਆਹ ਦੇਖਿਓ, ਆਹ ਦੇਖ ਦੇਖਿਓ ਜੀ, ਆਹ ਲਓ ਜੀ, ਲਓ ਜੀ, ਇਹ ਇੰਜਨ ਹੈ ਹੀ ਨਹੀਂ, ਦੇਖਿਓ ਜੀ। ਸੋ ਇਹਦੇ 'ਚ ਇਲੈਕਟ੍ਰਿਕ, ਜਿੱਦਾਂ ਹੁਣ ਬਹੁਤਿਆਂ ਨੂੰ ਪਤਾ ਵੀ ਇਹਦੇ ਵਿੱਚ ਇੰਜਨ ਹੈ ਹੀ ਨਹੀਂਗਾ, ਕਿਉਂਕਿ ਇਹ 'ਚ ਇਲੈਕਟ੍ਰਿਕ ਮੋਟਰਸ ਨੇ। ਹੁਣ ਇਹ ਜਿਹੜਾ ਇਹ ਵੀ ਇਹਦਾ ਇੱਕ ਟਰੰਕ ਦਾ ਹੀ ਕੰਮ ਕਰਦਾ, ਟਰੰਕ ਦਾ ਕੰਮ ਕਰਦਾ, ਨਾਲ ਬਾਕੀ ਹੋਰ ਚੀਜ਼ਾਂ ਦਾ ਕੰਮ ਕਰਦਾ ਹੈਗਾ। ਇਹਨੂੰ ਕਹਿੰਦੇ ਆ ਫਰੰਕ। ਸੋ ਫਰੰਕ ਹੋ ਗਿਆ ਤੁਹਾਡੀ ਡਿੱਗੀ, ਇਹਦੇ ਤੁਸੀਂ ਸਮਾਨ ਰੱਖ ਸਕਦੇ ਹੈਗੇ ਆ, 400 ਪਾਉਂਡ ਦਾ ਤੁਸੀਂ ਵੇਟ ਇੱਥੇ ਰੱਖ ਸਕਦੇ ਆ। ਬਾਕੀ ਜੇ ਆਪਾਂ ਬਾਹਰ ਕਿਤੇ ਯਾਰ ਮਿੱਤਰ ਨਾਲ ਬਹਿੰਦੇ ਆ, ਹਾਂਜੀ ਹਾਂਜੀ, ਤੁਸੀਂ ਫਿਰ ਕੀ ਕਰ ਸਕਦੇ, ਇੱਕ ਤਾਂ ਚਾਰਜਰ ਆ, ਇਹ ਚਾਰਜਰ ਇੱਥੇ ਤੁਸੀਂ ਰੱਖ ਸਕਦੇ ਹੋ, ਬਰਫ਼
ਅੱਛਾ ਚਲ ਚੁਲ ਕੋਈ ਠੰਡਾ ਵਿੱਚ ਪੀਣਾ ਚਾਹੋਗੇ ਤੁਸੀਂ ਉੱਥੇ ਰੱਖ ਸਕਦੇ ਹੋ ਠੀਕ ਹੈ ਜੀ ਕੋਈ ਬੀਅਰ ਹੋ ਗਿਆ ਕੋਈ ਕੋਕ ਹੋ ਗਿਆ ਹਾਂ ਜੀ ਠੀਕ ਹੈ ਇਹਦੇ ਵਿੱਚ ਡ੍ਰੇਨ ਵਗੈਰਾ ਹੁੰਦੀ ਹੈ ਨਾ ਸੋਹਾ ਹੈਗਾ ਤੁਹਾਡਾ ਕੂਲਰ ਕੂਲਰ ਓਕੇ ਓਕੇ ਵੈਰੀ ਗੁੱਡ ਵੈਰੀ ਗੁੱਡ ਤੁਹਾਡਾ ਕੂਲਰ ਸੋ ਇਹ ਕਿਉਂਕਿ ਇਹ ਬਿਲਕੁਲ ਬ੍ਰੈਂਡ ਨਿਊ ਵਹੀਕਲ ਆ ਹੁਣੇ ਸਾਨੂੰ ਡਿਲੀਵਰੀ ਕਰ ਰਹੇ ਨੇ ਇਸ ਕਰਕੇ ਅਸੀਂ ਵੀ ਇਹ ਐਕਚੁਅਲੀ ਇਕੱਲਾ ਬਲੌਗ ਹੀ ਨਹੀਂ ਬਣ ਰਿਹਾ ਅਸੀਂ ਤੁਹਾਡੇ ਤੋਂ ਚੀਜ਼ਾਂ ਸਿੱਖ ਵੀ ਰਹੇ ਹਾਂ ਕਿਉਂਕਿ ਇਹਦੇ ਬਾਰੇ ਸਾਨੂੰ ਪਤਾ ਨਹੀਂ ਹੈਗਾ ਸੋ ਇਹ ਤਾਂ ਆਪਣੇ ਚਾਰਜਰ ਹੋ ਗਏ ਮੈਂ ਦੇਖ ਲਿਆ ਜੀ ਇਹ ਜਿਹੜੇ ਆਪਾਂ ਕਨੈਕਟਰਸ ਹੈਗੇ ਆ ਨਾ ਚਾਰਜਿੰਗ ਦੋ ਹੁੰਦੇ ਆ ਤੁਹਾਡੇ ਕੋਲੇ ਬਿਲਕੁਲ 110 ਵੋਲਟ ਦਾ ਨਾਲ 240 ਦਾ ਅੱਛਾ ਅੱਛਾ 110 ਦਾ ਐਨ ਪਲੱਸ ਇਹ ਵੀ ਨਾਲ ਦੀ ਨਾਲ ਹੋਰ ਵੀ ਜਿਹੜੀਆਂ ਚੀਜ਼ਾਂ ਇਹ ਆਪਣੇ ਆ ਨਾਲ ਜਨਰੇਟਰ ਆਉਂਦਾ ਹੈਗਾ ਹਾਂਜੀ ਇਹਦੇ ਵਿੱਚ 11 ਪਲੱਗ ਹੈਗੇ ਆ ਜੇ ਐਕਸਟੈਂਡਡ ਰੇਂਜ ਲਾ ਕੇ ਜਾਂਦੇ ਆ ਤੁਸੀਂ ਇਹ ਆਪਣਾ ਐਕਸਟੈਂਡਡ ਹੀ ਹੈ ਨਾ ਐਕਸਟੈਂਡਡ ਹੀ ਆ ਪਲਾਨ ਜਰਾ ਮਾਡਲ ਪਲਾਨ ਮਾ ਉੱਚਾ ਮਾਡਲ ਆ ਹਾਂਜੀ ਇਹਦੇ ਵਿੱਚ ਸਾਰੇ ਆਪਸ਼ਨ ਸਟੈਂਡਰਡ ਆ ਨਾਲ ਐਕਸਟੈਂਡਡ ਰੇਂਜ ਆਉਂਦਾ ਹੀ ਆਉਂਦਾ ਅੱਛਾ ਹੁਣ ਤੁਸੀਂ ਇਹ ਦੇਖ ਲਓ ਬਈ ਅਗੇਨ ਦੱਸਦੀ ਹੈ ਇਲੈਕਟ੍ਰਿਕ ਪਿਕਅਪ ਆ ਅਸੀਂ ਮੈਂ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ ਵੀ ਅਸੀਂ ਇਲੈਕਟ੍ਰਿਕ ਵਹੀਕਲ ਦੇ ਬਹੁਤ ਫੈਨ ਆ ਸਾਡੇ ਕੋਲ 3 ਟੈਸਲਾ 1 ਲੀਫ ਮਤਲਬ ਇਲੈਕਟ੍ਰਿਕ ਔਰ ਸਾਨੂੰ ਬੜੀ ਖੁਸ਼ੀ ਆ ਵੀ ਇਹ ਇੱਕ ਪਿਕਅਪ ਅਸੀਂ ਸਾਈਬਰ ਟਰੱਕ ਵੀ ਆਰਡਰ ਕੀਤਾ ਸੀ ਪਰ ਪਤਾ ਨਹੀਂ ਕਦੋਂ ਆਉਣਾ ਕਿੰਨੇ ਸਾਲਾਂ ਨੂੰ ਆਉਣਾ ਇਸ ਕਰਕੇ ਸਾਡੇ ਕੋਲ ਵੇਟ ਨਹੀਂ ਹੋਈ ਅਸੀਂ ਕਿਹਾ ਵੀ ਇਹ ਚੱਲਦੇ ਹੀ ਆ ਲੈ ਕੇ ਹੁਣ ਤੁਸੀਂ ਨਾ ਤੁਸੀਂ ਸਾਨੂੰ ਅੰਦਰ ਵੀ ਦਿਖਾਓ ਜਿਹੜੀ ਜਿਹੜੀ ਚੀਜ਼ ਇਹ ਕਾਫੀ ਵਧੀਆ ਇਹਦੇ ਇਟਸ ਬਿਊਟੀਫੁਲ ਐਕਚੁਅਲੀ ਓ ਯਾ ਸੋ ਜਿਹੜਾ ਤੁਹਾਡਾ ਪਲਾਨ ਆ ਇਹਦੇ ਵਿੱਚ ਸਿਗਨੇਚਰ ਲਾਈਟਿੰਗ ਮਿਲਦੀ ਹੈਗੀ ਹੈ ਜਿਹੜੀ ਆ ਐਲਈਡੀ ਲਾਈਟਾਂ ਇਹ ਜਿਹੜੀ ਆਹ ਹੈ ਨਾ ਉੱਪਰ ਜਿਹੜੀ ਆ ਸਟ੍ਰਿਪ ਐਲਈਡੀ ਲਾਈਟਾਂ ਇਹਦੇ ਵਿੱਚ ਆਉਂਦੀ ਹੈਗੀ ਆ ਮੂਰੇ ਦੇ ਸੈਂਸਰਸ ਵੀ ਲੱਗੇ ਆ ਰਾਈਟ ਆ ਬਾਇੰਸ ਦੇ ਵੀਲ ਐਕਸਕਲੂਸਿਵ ਪਲਾਨ ਤੇ ਆਉਂਦੇ ਹੈਗੇ ਕਿਹੜੇ 22 ਇੰਚਸ ਵੀ ਆ 22 ਓਕੇ ਓਕੇ ਮੇਨ ਗੱਲ ਜਿਹੜੀ ਪਲਾਨਮ ਦੀ ਖਾਸੀਅਤ ਆ ਜਿਹੜੀ ਦੀ ਖੂਬਸੂਰਤਾ ਖੂਬਸੂਰਤੀ ਹੈਗੀ ਆ ਇੰਟੀਰੀਅਰ ਕੀ ਬਾਤ ਹੈ ਬਹਿ ਗਿਆ ਹੁਣ ਆਪਾਂ ਗੱਡੀ ਦੇ ਅੰਦਰ ਤਾਂ ਕਿੰਨੇ ਕਿਲੋਮੀਟਰ ਚੱਲਿਆ ਜੀ ਇਹ 16 ਕਿਲੋਮੀਟਰ ਹਾਂ ਜਿਹੜੇ ਇੱਥੇ ਟੈਸਟਿੰਗ ਟੂਸਟਿੰਗ ਦੇ ਵਿੱਚ ਹੈ ਨਾ ਜੀ ਹਾਂਜੀ ਸੋ ਇਹਦੀ ਕੀ ਖਾਸੀਅਤ ਹੈ ਇਹਦੀ ਜਿਹੜੀ ਖਾਸੀਅਤ ਹੁੰਦੀ ਹੈਗੀ ਆ ਜਿਹੜਾ ਪਲਾਨਾਂ ਵਿੱਚ ਆਏ ਆ ਰਾਈਟ ਇੱਕ ਤਾਂ ਜਿਹੜਾ ਗ੍ਰੇਨ ਆਫ ਲੈਦਰ ਵਰਤਦੇ ਜਿਹੜਾ ਕਪੜਾ ਸਭ ਤੋਂ ਵਧੀਆ ਗ੍ਰੇਨ ਆਫ ਲੈਦਰ ਵਰਤਦੇ ਆ ਬਾਕੀ ਜਿੰਨੇ ਵੀ ਇਹਦੇ ਵਿੱਚ ਆਪਸ਼ਨਸ ਐਂਡ ਫੀਚਰਸ ਆ ਉਹ ਸਾਰੇ ਸਟੈਂਡਰਡ ਆ ਇੱਕ ਤਾਂ ਜਿਹੜਾ ਬਲੂ ਕਰੂਜ਼ ਆ ਬਲੂ ਕਰੂਜ਼ ਟੈਸਲਾ ਵਾਂਗੂ ਹੁੰਦਾ ਹੈਗਾ ਜਿੱਥੇ ਆਦੀ ਆਪ ਚੱਲ ਸਕਦਾ ਹੈਗਾ ਅੱਛਾ ਜੀ ਹਾਂ ਹਾਲ ਦੀ ਕਰੀ ਕੈਨੇਡਾ ਦੇ ਵਿੱਚ ਦੇ ਸੋ ਮੈਪ ਆ ਜਿੱਥੇ ਆਦੀ ਆਪ ਚੱਲਿਆ ਕਰੂਗਾ ਠੀਕ ਹੈ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਇਥਨੋਲ ਸੈਂਸਰ ਲੱਗਿਆ ਹੈਗਾ ਠੀਕ ਹੈ ਉਹ ਤੁਹਾਡਾ ਯਾਨ ਕਿ ਅੱਖਾਂ ਭਰਿਆ ਕਰੂਗਾ ਜੇ ਡਿਸਟਰੈਕਟ ਦਾ ਫਿਰ ਤੁਹਾਨੂੰ ਆਖਿਆ ਕਰੂਗਾ ਹੈਂਡਸ ਔਨ ਸਟੀਅਰਿੰਗ ਵੀਲ ਜਿੱਦਾਂ ਹਾਂ ਉਹ ਟੈਸਲਾ ਤੇ ਵੀ ਹੈਗਾ ਬਿਲਕੁਲ ਹਾਂਜੀ ਬਾਕੀ ਇਹਦੇ ਵਿੱਚ ਬੈਂਗ ਐਂਡ ਆਲਸਨ ਦਾ ਸਾਊਂਡ ਸਿਸਟਮ ਲੱਗਿਆ ਕਾਫੀ ਵਧੀਆ ਹੈਗਾ ਸੁਣਾਉਂਗੇ ਵੀ ਤੁਹਾਨੂੰ ਇਹਦੇ ਵਿੱਚ 18 ਸਪੀਕਰ ਹੋਣੇ ਆ ਸਾਰੇ ਸਭ 18 ਸਪੀਕਰ ਹਾਂਜੀ ਹਾਂਜੀ 18 ਹੈਗੇ ਆ ਵਾਇਰਲੈਸ ਚਾਰਜਰ ਵੀ ਲੱਗਿਆ ਬਾਕੀ ਤੁਸੀਂ ਦੇਖੋਗੇ ਇਹਨਾਂ ਨੇ ਆਹ ਜਿਹੜੀ ਸਕਰੀਨ ਆ ਕਾਫੀ ਸਿੰਪਲ ਕਰਤੀ ਆ ਸੋ ਕੋਈ ਵੀ ਆਪਸ਼ਨਸ ਕੋਈ ਵੀ ਫੀਚਰਸ ਤੁਸੀਂ ਵਾਚਣਾ ਚਾਹੁੰਦੇ ਸਿੱਧਾ ਸਕਰੀਨ ਤੇ ਹੋਇਆ ਕਰੋ ਜਿਵੇਂ ਤੁਸੀਂ ਹੀਰਨ ਏਸੀ ਸੀਟਾਂ ਵਰਤਣੀਆਂ ਫੋਨ ਵਗੈਰਾ ਵਰਤਣਾ ਨੈਵੀਗੇਸ਼ਨ ਕੋਈ ਵੀ ਸੇਫਟੀ ਫੀਚਰ ਸਭ ਕੁਝ ਇੱਥੇ ਆ ਇਹਨਾਂ ਨੇ ਸਿੰਪਲੀਫਾਈ ਕਰਤਾ ਹੈਗਾ ਤੁਹਾਡੇ ਲਈ ਬਾਕੀ ਇਹਦੇ ਡਿਫਰੈਂਟ ਡਰਾਈਵ ਮੋਡਸ ਹੈਗੇ ਆ ਹੁਣ ਮੌਸਮ ਤਾਂ ਅੱਜ ਵਧੀਆ ਤੁਸੀਂ ਨੋਰਮਲ ਵਿੱਚ ਚਲਾਓਗੇ ਬਟ ਇਹਦੇ ਵਿੱਚ ਸਨੋ ਮੋਡ ਵੀ ਆ ਸਪੋਰਟ ਮੋਡ ਵੀ ਆ ਆਫ ਰੋਡ ਵੀ ਆ ਜੇ ਠੋ ਵੀ ਕਰਨਾ ਠੋ ਵੀ ਕਰ ਸਕਦੇ ਆ ਤੁਸੀਂ ਵਨ ਪੈਡਲ ਡਰਾਈਵ ਹੈ ਨਾ ਹਾਂਜੀ ਜਿਹੜਾ ਟੈਸਲਾ ਦਾ ਹਾਂਜੀ ਸੋ ਕਾਫੀ ਬੰਦੇ ਪੁੱਛਦੇ ਹੈਗੇ ਫੋਰਡ ਐਂਡ ਟੈਸਲਾ ਵੈਰੀ ਸਿਮਿਲਰ ਆ ਸਾਰੇ ਜਾਣੇ ਇਲੈਕਟ੍ਰਿਕ ਹੀ ਜਾਈ ਜਾਂਦੇ ਆ ਸੋ ਸੇਮ ਫੀਚਰਸ ਜਿਹੜੇ ਟੈਸਲਾ ਦੇ ਵਿੱਚ ਇਹਦੇ ਵਿੱਚ ਵੀ ਮਿਲ ਗਏ ਜਿਵੇਂ ਵਨ ਪੈਡਲ ਡਰਾਈਵ ਐਂਡ ਪ੍ਰੀ ਕੰਡੀਸ਼ਨਿੰਗ ਠੀਕ ਹੈ ਜੀ ਸੋ ਪ੍ਰੀ ਕੰਡੀਸ਼ਨ ਦੇ ਵਿੱਚ ਕੀ ਮਤਲਬ ਹੁੰਦਾ ਹੈਗਾ ਇਹਨੂੰ ਇਹਨੇ ਆਪੇ ਹੀ ਪਲਾਂ ਦੇ ਟੈਂਪਰੇਚਰ ਸੈੱਟ ਕਰ ਦੇਣਾ ਹੈਗਾ ਥੋੜੀ ਰੇਂਜ ਪਹੁੰਚਾਉਣ ਦੀ ਠੀਕ ਹੈ ਜੀ ਵੈਰੀ ਗੁੱਡ ਸੋ ਇਹ ਦੂਸਰਾ ਜਿਹੜਾ ਹੈਗਾ ਆ ਆਪਣਾ ਆਫ ਰੋਡ ਟੋ ਹਾਲ ਸਪੋਰਟਸ ਵਨ ਪੈਡਲ ਡਰਾਈਵ ਲੋਕਿੰਗ ਡਿਫਰੈਂਸ਼ੀਅਲ ਅੱਛਾ ਇਹ ਇਹਦੇ ਵਿੱਚ ਇੱਥੇ ਆ ਇਹਦਾ ਡੈਫ ਲੋਕ ਹੋ ਜਾਂਦਾ ਹੈਗਾ ਓਕੇ ਓਕੇ ਜਿਹੜਾ ਐਕਸਟੈਂਡਡ ਰੇਂਜ ਹੈ ਇਹਦੀ 580 ਹਾਰਸ ਪਾਵਰ ਆ ਐਂਡ 775 ਫੋਰ ਪੰਸ ਆਫ ਟੋਰਕ ਸੋ ਇਹ ਇਹ ਮਤਲਬ ਟੌਪ ਨਾਚ ਮਾਡਲ ਆ ਟੌਪ ਨਾਚ ਆ ਸਭ ਤੋਂ ਤੇਜ਼ ਆ F-150 ਠੀਕ ਠੀਕ ਹੈ ਜੀ ਔਰ ਇਹਦੇ ਸਪੀਕਰ ਮੈਨਾਂ ਦਾ ਇਹਦੇ ਵਿੱਚ ਵੀ ਆ ਸੀਟਾਂ ਦੇ ਵਿੱਚ ਵੀ ਹੈਡਰੈਸਟ ਦੇ ਵਿੱਚ ਵੀ ਆ ਆ ਦੇਖੋ ਐਂਡ ਹੈਡਲਾਈਨਰ ਦੇ ਵਿੱਚ ਵੀ ਆ ਇੱਕ ਮਿੰਟ ਦਿਖਾ ਆ ਦਿਖਾ ਜੀ ਹੈਡ ਅੱਛਾ ਇਹਦੇ ਵਿੱਚ ਵੀ ਉੱਪਰ ਹੈਡਲਾਈਨਰ ਦੇ ਵਿੱਚ ਹੈਡਲਾਈਨਰ ਦੇ ਵਿੱਚ ਵੀ ਆ ਥੋੜੇ ਟਵੀਟਰਸ ਵੀ ਇੱਥੇ ਲੱਗੇ ਹੋਏ ਆ ਸੈਂਟਰ ਦੇ ਵਿੱਚ ਵੀ ਆ ਐਂਡ ਸਾਰੇ ਆਸੇ ਪਾਸੇ ਕਿੰਨੇ ਕਿੰਨੇ ਸਪੀਕਰ ਨੇ ਜੀ 18 ਜੀ 18 ਸਪੀਕਰ ਵਾਹ ਜੀ ਵਾਹ ਕੀ ਬਾਤ ਹੈ ਬਾਕੀ ਆ ਸਮਾਲ ਡੀਟੇਲਸ ਹੁੰਦੇ ਹੈਗੇ ਜੇ ਤੁਸੀਂ ਆ ਡੋਰ ਸੈਲ ਤੇ ਦੇਖੋਗੇ ਆ ਅਲਕੰਟੇਰਾ ਪਾਇਆ ਹੋਇਆ ਹੈਗਾ ਮਾਈਕਰੋ ਸਵੇਟ ਠੀਕ ਹੈ ਹਾਂਜੀ ਹਾਂਜੀ ਹਾਂ ਜੀ ਹਾਂ ਜੀ ਵੈਰੀ ਨਾਈਸ ਤਾਂ ਹੋਰ ਹੋਰ ਇਹਦੇ ਵਿੱਚ ਨੈਵੀਗੇਸ਼ਨ ਜੀਪੀਐਸ ਹੋਰ ਚੀਜ਼ਾਂ ਐਂਡ 4x4 ਕਿੱਥੇ ਇਹਦਾ ਜਿਹੜਾ 4x4 ਆ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਇਹਦੀ ਜਿਹੜੀ ਸਿਸਟਮ ਹੈਗਾ ਉਹ ਵਾਨੀਆ ਆਦੀ ਆਪ ਹੋ ਜਾਂਦਾ ਹੈਗਾ ਓਕੇ ਓਕੇ ਮਤਲਬ ਇਹਦੇ ਵਿੱਚ ਸਿਰਫ ਡਿਫ ਲੋਕ ਵਾਲੀ ਆ ਡਿਫ ਲੋਕ ਅਦਰਵਾਈਜ਼ ਆਲ ਟਾਈਮ ਆਲ ਵੀਲ ਡਰਾਈਵ ਯੈਸ ਯੈਸ ਦੈਟਸ ਐਗਜ਼ੈਕਟਲੀ ਇਟ ਲਾਈਕ ਇਲੈਕਟ੍ਰਿਕ ਉਹ ਨਹੀਂ ਹੁੰਦੀਆਂ
ਕਿਆ ਬਾਤ ਹੈ ਯਾਰ ਆ ਤਾਂ ਚਲੋ ਹੁਣ ਆ ਤਾਂ ਚਲੋ ਜ਼ਿਆਦਾ ਡਿਟੇਲਸ ਦੇ ਵਿੱਚ ਆਪਾਂ ਪਤਾ ਹੀ ਹੈ ਸਾਡੇ ਕੋਲ ਆਲਰੇਡੀ F-150 ਦੂਸਰਾ ਹੈਗਾ ਪੁਰਾਣੇ ਵਾਲਾ ਉੱਪਰ ਮੂਨ ਰੂਫ ਵੀ ਯਾਰ ਕਿਆ ਬਾਤ ਹੈ ਜੀ ਕਿਆ ਬਾਤ ਆ ਬਹੁਤ ਵਧੀਆ ਪਿੱਛੇ ਰੂਮ ਵੀ ਬਹੁਤ ਆ ਅਸੀਂ ਦੇਖਿਆ ਬਹੁਤ ਬਹੁਤ ਵਧੀਆ ਐਂਡ ਜੈਕ ਜਿਹੜੀ ਆਹ ਚੀਜ਼ ਸੀਗੀ ਇਹਦੀ ਆਹ ਚੀਜ਼ ਵੀ ਦੇਖਿਓ ਜੀ ਆਹ ਬੈਸਟ ਆ ਰਾਤ ਵਿੱਚ ਆਪਾਂ ਕਿਤੇ ਰੁਕ ਗਏ ਐਂਡ ਰੋਡ ਟ੍ਰਿਪ ਹਮੇਸ਼ਾ ਪਰੌਂਠੇ ਨਾਲ ਹੀ ਪੂਰਾ ਹੁੰਦਾ ਹੈ ਰੋਟੀ ਖਾ ਸਕਦੇ ਹੋ ਤੁਸੀਂ ਰੋਟੀ ਖਾਦੇ ਲੈਪਟਾਪ ਜੋ ਕਰਦੇ ਹੋ ਉਹ ਜਾ ਕੰਮ ਕਰ ਸਕਦੇ ਹੋ ਤੁਸੀਂ ਇਹਦੀ ਟੈਕਨੋਲੋਜੀਜ਼ ਤਾਂ ਇਹਦੀਆਂ ਬਹੁਤ ਚੀਜ਼ਾਂ ਆ ਹੈ ਨਾ ਉਹ ਹੌਲੀ 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 ਅਸੀਂ ਕਰਦੇ ਰਹਾਂਗੇ ਹੁਣ ਸਾਡੇ ਜਾਣ ਦਾ ਵੀ ਟਾਈਮ ਹੋ ਗਿਆ ਕਿਉਂਕਿ ਸਾਡਾ ਸਫ਼ਰ ਵੀ ਅਬਾਊਟ 1200 ਕਿਲੋਮੀਟਰ ਹੈ ਇੱਥੋਂ ਕੈਲਗਰੀ ਟੂ ਵੈਨਕੂਵਰ ਤਾਂ ਇਹ ਇੱਕ ਜਿਹੜਾ ਹੋਰ ਸੀਗਾ ਇਹਦੇ ਇੰਪੋਰਟੈਂਟ ਜਿਹੜਾ ਟਰੰਕ ਦਾ ਬੜਾ ਵਧੀਆ ਲੱਗਦਾ ਸੀ ਆਹ ਇਹਦਾ ਲੋਗੋ ਹੈ ਨਾ ਲਾਈਟਨਿੰਗ ਬੜਾ ਬੜਾ ਕਿਊਟ ਲੱਗਦਾ ਇਹਦੀ ਸਸਪੈਂਸ਼ਨ ਵੀ ਡਿਫਰੈਂਟ ਆ ਨਾ ਹਾਂਜੀ ਇਹਦੀ ਸਸਪੈਂਸ਼ਨ ਡਿਫਰੈਂਟ ਹੈਗੀ ਆ ਇਹਦੇ ਵਿੱਚ ਪਿਛਲਾ ਇੰਡੀਪੈਂਡੈਂਟ ਰੇਅਰ ਸਸਪੈਂਸ਼ਨ ਹੈਗਾ ਅੱਛਾ ਸੋ ਇਹਨੂੰ ਯਾਨੀ ਕਿ ਕਾਫੀ ਮਜ਼ਬੂਤ ਐਂਡ ਕਾਫੀ ਵਧੀਆ ਦਿੰਦਾ ਹੈਗਾ ਡਰਾਈਵ ਰੋਡ ਤੇ ਬਾਕੀ ਇਹਦੀ ਜ਼ੀਰੋ ਗ੍ਰੈਵਿਟੀ ਵੀ ਹੈਗੀ ਆ ਸੋ ਬਾਡੀ ਰੋਲ ਨਹੀਂ ਹੁੰਦਾ ਹੈਗਾ ਪਿੱਕੇ ਦੇ ਵਿੱਚ ਬਹੁਤ ਬਹੁਤ ਵਧੀਆ ਹੁਣ ਮੈਂ ਟੈਸਟ ਕਰਕੇ ਉਦੋਂ ਮੈਂ ਦੱਸਾਂਗਾ ਇਹਦੀ ਫਾਸਟ ਬਹੁਤ ਆ ਨਾ ਇਹ ਹਾਂਜੀ ਫਾਸਟਰ ਦੈਨ ਅ ਰੈਪਟਰ ਐਂਡ ਸਾਰਾ ਯਾ ਵੈਰੀ ਫਾਸਟ ਇਹਦੇ ਹੈਗਾ 0 ਟੂ 60 ਵਿਦ ਇਨ 4 ਸੈਕਿੰਡ 4 ਸੈਕਿੰਡ ਵਾਹ ਜੀ ਵਾਹ ਇਹਦਾ ਮੈਨੂੰ ਪਿੱਛੋਂ ਵੀ ਸ਼ੇਪ ਸਾਰੀ ਬਦਲਦੀ ਨਾ ਇਹ ਪਲੈਟੀਨਮ ਪੈਕੇਜ ਨਾ ਇਹਦੀ ਜਿਹੜੀ ਪਲੈਟੀਨਮ ਐਂਡ ਲਾਈਟ ਇਹਦੀ ਜਿਹੜੀ ਲੁੱਕ ਹੁੰਦੀ ਹੈਗੀ ਇਹਨੂੰ ਕਹਿੰਦੇ ਸਿਗਨੇਚਰ ਲਾਈਟਿੰਗ ਸੋ ਇਹਦੀ ਜਿਹੜੀ LED ਸ਼ੇਪ ਜਾਂਦੀ ਹੈਗੀ ਆ ਓਕੇ ਪਿੱਛੋਂ ਬਹੁਤ ਸੋਹਣਾ ਲੱਗਦਾ ਹੈਗਾ ਰਾਈਟ ਰਾਤ ਨੂੰ ਜਗਾਉਂਗੇ ਆਹ ਪੂਰਾ ਲਾਈਟ ਅਪ ਹੁੰਦਾ ਹੈਗਾ LED ਰਾਈਟ ਇਹ ਜਿਹੜਾ ਪਿਛਲਾ ਹੈਗਾ ਪਾਵਰ ਟੇਲਗੇਟ ਵੀ ਆ ਅੱਛਾ ਜੀ ਪਾਵਰ ਹੀ ਹੈ ਨਾ ਹਾਂਜੀ ਠੀਕ ਹੈ ਜੀ ਵਰਕ ਸਟੇਸ਼ਨ ਆ ਗਿਆ ਹੈਗਾ ਸੋ ਆਹ ਕਾਦੀ ਦੀ ਬੈਂਚ ਆ ਸੋ ਕਹਿੰਦਾ ਜੇ ਤੁਸੀਂ ਕੋਈ ਵੀ ਚੀਜ਼ ਇੱਥੇ ਰੱਖਣੇ ਚਾਹੁੰਦੇ ਹੋ ਰੱਖ ਸਕਦੇ ਹੋ ਹਾਂਜੀ ਇੱਥੇ ਥਾਈ ਡਾਊਨ ਵੀ ਆ ਓਕੇ ਆਹ ਤੋਂ ਸੀ ਕਲੈਂਪ ਆ ਇਹਨਾਂ ਬਾਰਕਿਆਂ ਓਪਨਰ ਵੀ ਆ ਸਭ ਤੋਂ ਵਧੀਆ ਇਹ ਆ ਜੀ ਸਾਡੇ ਲਈ ਜਿਸ ਕਰਕੇ ਸਾਡਾ ਐਨਦਰ ਰੀਜ਼ਨ ਸੀਗਾ ਵੀ ਅਸੀਂ ਇਲੈਕਟ੍ਰਿਕ ਲੈਣ ਲਈ ਕਿਤੇ ਵੀ ਬਾਹਰ ਜਾ ਕੇ ਅਸੀਂ ਕੋਈ ਲਾਈਵ ਕਰਨੇ ਜਾਂ ਕੁਛ ਵੀ ਕਰਨੇ ਬਿਲਟ ਇਨ ਜਨਰੇਟਰ ਆ ਪੈਰ ਰੱਖ ਕੇ ਚੜ੍ਹਦੇ ਆ ਦਿਸ ਇਜ਼ ਗੁੱਡ ਐਕਚੁਅਲੀ ਇਹ ਬਹੁਤ 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 ਵਧੀਆ ਜੀ ਇਹ ਐਕਚੁਅਲੀ ਤੁਹਾਡੇ ਫਿਊਚਰ ਵਾਸਤੇ ਹੁਣ ਜਦ ਤੁਸੀਂ ਸ਼ੂਟਿੰਗ ਵਗੈਰਾ ਕਰਦੇ ਰਹਿੰਦੇ ਹੋ ਹਾਂਜੀ ਹਾਂਜੀ ਸੋ ਲੈਟਸ ਸੇ ਕੋਈ 80 ਕੁਆਡ ਤੇ ਚੜਾਉਣੇ ਚਾਹੁੰਗੇ 300 pounds ਲਾ ਸਕਦਾ ਹੈਗਾ ਨੋ ਓਕੇ 300 pounds ਨੋ ਪ੍ਰੋਬਲਮ ਵਾਹ ਜੀ ਵਾਹ ਆ 300 pounds ਦੀ ਇਹਦੀ ਕਪੈਸਿਟੀ ਹੈ ਜੀ ਐਂਡ ਇਹ ਇਹਦੀ ਮੋਸਟਲੀ ਇਹਦੀ ਵਧੀਆ ਜਿਹੜੀ ਪਾਵਰ ਵੀ ਪਿੱਛੇ ਅੰਦਰ ਵੀ ਕਰ ਸਕਦੇ ਹਾਂ ਹਾਂਜੀ ਆਪ ਤੋਂ ਵੀ ਕਰ ਸਕਦੇ ਹਾਂ ਹਾਂਜੀ ਜਾਣ ਨੂੰ ਨਾਪ ਕੇ ਤੁਸੀਂ ਜਾ ਸਕਦੇ ਵਾਹ ਜੀ ਵਾਹ ਓਕੇ ਜੀ ਹੁਣ ਜੈਗ ਸਾਨੂੰ ਜਾਣ ਦਿਓ ਫਿਰ ਅਸੀਂ ਮਿਲਦੇ ਹਾਂ ਫਿਰ ਇਨ ਟੱਚ ਰਹਿੰਦੇ ਹਾਂ ਹੁਣ ਰਾਹ ਦੇ ਵਿੱਚ ਅਸੀਂ ਦੇਖਦੇ ਹਾਂ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਵੀ ਕਿਵੇਂ ਦਾ ਐਕਸਪੀਰੀਅੰਸ ਰਿਹਾ ਓਕੇ ਜੀ ਔਰ ਕੈਲਗਰੀ ਤੋਂ ਆਪਾਂ ਤੁਰ ਪਏ ਹਾਂ ਜੀ ਵਾਹਿਗੁਰੂ ਦਾ ਨਾਂ ਲੈ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਕੇ 10 ਘੰਟੇ ਦੀ ਡਰਾਈਵ 947 ਕਿਲੋਮੀਟਰ ਹੀ ਦੱਸ ਰਿਹਾ ਜਿੱਥੇ ਅਸੀਂ ਜਾਣਾ ਆਪਣਾ ਘਰ 947 ਕਿਲੋਮੀਟਰ ਠੀਕ ਹੈ ਜੀ ਐਂਡ ਹੁਣ ਇਹ ਇੰਨਾ ਜ਼ਿਆਦਾ ਕੁਆਇਟ ਆ ਕੋਈ ਪੁੜੀਆਂ ਨਹੀਂ ਚੱਲ ਰਹੀਆਂ ਕੋਈ ਕੁਛ ਨਹੀਂ ਪਿਆ ਇਲੈਕਟ੍ਰਿਕ ਮੋਡ ਵੀ ਅਜੇ ਰਾਹ 'ਚ ਅਸੀਂ ਸਮਝਾਂਗੇ ਪਰ ਆਹ ਤੁਸੀਂ ਦੇਖੋ ਜੀ ਬਹੁਤ ਬਹੁਤ ਹੀ ਜ਼ਿਆਦਾ ਤੇਜ਼ ਆ ਮਤਲਬ ਕੋਈ ਆਵਾਜ਼ ਨਹੀਂ ਕੋਈ ਕੁਛ ਨਹੀਂ ਪਾਵਰ ਇਜ਼ ਲਾਈਕ ਐਕਸਟ੍ਰੀਮਲੀ ਫਾਸਟ ਠੀਕ ਹੈ ਨਾ ਜੀ ਅੱਗੇ ਆਪਾਂ ਲੈਫਟ ਕਰਨੀ ਆ ਆਲ ਲਓ ਜੀ ਪਰ ਬਹੁਤ ਹੀ ਜ਼ਿਆਦਾ ਕਿਉਂਕਿ ਇਟਸ ਡਿਫਰੈਂਟ ਫੀਲਿੰਗ ਆ ਬਟ ਕਿਉਂਕਿ ਪਹਿਲਾਂ ਕਈ ਸਾਲਾਂ ਤੋਂ ਫੋਰਡ 150 ਸਾਡੇ ਕੋਲ ਹੈਗੇ ਹੀ ਆ ਸੋ ਇਹ ਪਰ ਇਟਸ ਟੋਟਲੀ ਡਿਫਰੈਂਟ ਫੀਲਿੰਗ ਹੁਣ ਆਪਾਂ ਨੇ ਅੱਗਿਓਂ ਲੈਫਟ ਕਰਨੀ ਆ ਲਓ ਜੀ ਲੈਫਟ
ਇਹ ਕੈਲਗਰੀ ਡਾਊਨਟਾਊਨ ਆ ਅਲਬਰਟਾ ਦੇ ਵਿੱਚ ਕੈਲਗਰੀ ਜਿੱਥੇ ਆਪਣੇ ਕਾਫੀ ਜ਼ਿਆਦਾ ਪੰਜਾਬੀ ਮਤਲਬ ਵੈਨਕੂਵਰ ਐਂਡ ਟੋਰਾਂਟੋ ਤੋਂ ਬਾਅਦ ਜੇ ਕਿਤੇ ਪੰਜਾਬੀ ਹੈਗੇ ਤਾਂ ਕੈਲਗਰੀ 'ਚ ਆ ਇੱਥੋਂ ਅਸੀਂ ਨਵੀਂ ਗੱਡੀ ਪਿੱਕ ਕੀਤੀ ਆ ਹੁਣ ਇਸ ਵੇਲੇ ਅਬਾਊਟ 1000 ਕਿਲੋਮੀਟਰ 947 ਕਿਲੋਮੀਟਰ ਆ ਤਾਂ ਅਸੀਂ ਸਾਡੀ ਡੈਸਟੀਨੇਸ਼ਨ ਆ ਰਾਹ 'ਚ ਇੱਕ ਵਾਰ ਚਾਰਜ ਕਰਾਂਗੇ ਕਿਉਂਕਿ ਅਜੇ ਬਿਲਕੁਲ ਬ੍ਰੈਂਡ ਨਿਊ ਆ 19 ਕਿਲੋਮੀਟਰ ਹੁਣ ਤੱਕ ਚੱਲੀ ਆ ਇਹ ਸੋ ਇਹਦੇ ਵਿੱਚ ਰਾਹ ਦੇ ਵਿੱਚ ਸਾਨੂੰ ਅਜੇ ਬਹੁਤ ਚੀਜ਼ਾਂ ਅਪਡੇਟ ਨਹੀਂ ਹੋਈਆਂ GPS ਵੀ ਪ੍ਰੋਪਰ ਚੱਲ ਨਹੀਂ ਰਿਹਾ ਤਾਂ ਕਹਿੰਦੇ ਸੀ ਸੈਟੇਲਾਈਟ ਨਾਲ ਪ੍ਰੋਪਰ ਫਿਰ ਟਾਈਮ ਪਾ ਕੇ ਹੋਊਗਾ ਅਸੀਂ ਜਾ ਰਹੇ ਹਾਂ ਤਾਂ ਹੁਣ ਅਸੀਂ ਜਾ ਕੇ ਮੇਰੇ ਖਿਆਲ 300 ਕਿਲੋਮੀਟਰ ਬਾਅਦ 350-300 ਕਿਲੋਮੀਟਰ ਬਾਅਦ ਗੋਲਡਨ ਜਾ ਕੇ ਚਾਰਜ ਕਰਾਂਗੇ ਤਾਂ ਰਿਸਕ ਨਹੀਂ ਲਵਾਂਗੇ ਬਟ ਇਹਦੀ ਜਿਹੜੀ ਰੇਂਜ ਆ ਅਜੇ ਵੀ ਸਾਨੂੰ 478 ਕਿਲੋਮੀਟਰਸ ਰੇਂਜ ਦਿਖਾਉਂਦੀ ਆ ਤਾਂ ਮਤਲਬ ਪਰ ਫਿਰ ਵੀ ਆਪਾਂ ਕਿਉਂਕਿ ਜ਼ਿਆਦਾ ਰਿਸਕ ਨਹੀਂ ਲਈਦਾ ਜੇ 478 ਆ ਤਾਂ ਐਟਲੀਸਟ 100 ਕਿਲੋਮੀਟਰ ਦਾ ਪਹਿਲਾਂ ਅਸੀਂ ਬਫਰ ਰੱਖਾਂਗੇ ਸੇਫਟੀ ਜ਼ੋਨ ਰੱਖਾਂਗੇ ਪਰ ਕਿਉਂਕਿ ਸਾਨੂੰ ਪਤਾ ਨਹੀਂ ਪਰ ਜਿਹੜਾ ਹੁਣ ਤੱਕ ਦਾ ਐਕਸਪੀਰੀਅੰਸ ਆ ਕਾਰ ਬਾਇੰਗ ਦਾ ਐਕਸਪੀਰੀਅੰਸ ਬਹੁਤ ਵਧੀਆ ਸਪੈਸ਼ਲ ਥੈਂਕਸ ਟੂ ਰਾਜਾ ਭਾਅ ਜੀ ਐਂਡ ਰਾਜਾ ਗਿੱਲ ਭਾਅ ਜੀ ਐਂਡ ਜਿਹੜੇ ਆਪਣੇ ਗੁਰਲਾਲ ਭਾਅ ਜੀ ਹੁਣ ਇੱਥੋਂ ਆਪਾਂ ਲੈਫਟ ਕਰਨੀ ਆ ਐਂਡ ਫਿਰ ਪਰ ਸੋ ਫਾਰ ਜਿਹੜੀਆਂ ਟੈਕਨੋਲੋਜੀ ਜਾਂ ਹੋਰ ਚੀਜ਼ਾਂ ਦੇ ਨਾਲ ਕਿਉਂਕਿ ਸਿੰਸ ਆਈ ਐਮ ਟੈਸਲਾਜ਼ ਕਸਟਮਰ ਸੋ ਫਾਰ ਜਿਹੜਾ ਐਕਸਪੀਰੀਅੰਸ ਹੈਗਾ ਟੈਸਲਾ ਵਰਸਿਸ ਫੋਰਡ ਟੈਸਲਾ ਇਜ਼ ਵੇ ਬੈਟਰ ਵੈਨ ਇਟ ਕਮਸ ਟੂ ਟੈਕਨੋਲੋਜੀ ਤਾਂ ਹੁਣ ਸਾਨੂੰ 40 ਕੁ ਮਿੰਟ ਲੱਗੇ ਰਹੇ ਉਹਨਾਂ ਨੂੰ ਫੋਨ 'ਤੇ ਪਰ ਬ੍ਰੈਂਡ ਨਿਊ ਸ਼ਾਇਦ ਇੱਕ ਵਾਰ ਅਕਾਊਂਟ ਐਕਟੀਵੇਟ ਕਰਨੇ ਸੀ ਮੰਨ ਲਓ ਟੈਸਲਾ ਦੀ ਡਿਲੀਵਰੀ ਵਰਸਿਸ ਫੋਰਡ ਦੀ ਡਿਲੀਵਰੀ ਈਵੀ ਵਹੀਕਲਸ ਨੂੰ ਲੈ ਕੇ ਟੈਸਲਾ ਇਜ਼ ਫਾਰ ਬੈਟਰ ਅਗੇਨ ਇਹਦੇ ਵਿੱਚ ਸੇਲਜ਼ਮੈਨ ਦੀ ਕਸੂਰ ਨਹੀਂ ਹੈਗਾ ਇਹਦੇ ਵਿੱਚ ਫੋਰਡ ਵਾਲਿਆਂ ਦਾ ਇਸ ਡੀਲਰਸ਼ਿਪ ਦਾ ਕੋਈ ਕਸੂਰ ਨਹੀਂ ਹੈਗਾ ਬਟ ਕਿਉਂਕਿ ਇਹਨਾਂ ਕੋਲ ਉਹ ਸੈਟਅਪ ਬਿਲਕੁਲ ਨਹੀਂ ਹੈਗੀ ਜੋ ਟੈਸਲਾ ਦੇ ਕੋਲ ਹੈਗੀ ਆ ਸੋ ਪਹਿਲਾਂ ਅਸੀਂ ਫੋਨ ਕੀਤਾ ਉਹ US ਨੂੰ ਗਿਆ ਫਿਰ ਉਹਨੇ ਕੈਨੇਡਾ ਨੂੰ ਕੀਤਾ ਔਰ ਪਲੱਸ ਵੀ ਅਜੇ ਕੋਈ ਵੀ ਸਾਡਾ ਉਹ ਮਸਲਾ ਵੀ ਇਹ ਸੋਲਵ ਨਹੀਂ ਕਰ ਪਾਏ ਬਟ ਅਸੀਂ ਸਿੱਖਾ ਵੀ ਚਲੋ ਟਾਈਮ ਪਾ ਕੇ ਹੋ ਜਾਊਗਾ ਫਿਰ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਮੰਡੇ ਨੂੰ ਫੋਨ ਕਰਾਂਗੇ ਸੋ ਟੈਸਲਾ ਦੀ ਡਿਲੀਵਰੀ ਦਾ ਕੋਈ ਬੰਦਾ ਵੀ ਨਹੀਂ ਹੁੰਦਾ ਉੱਥੇ ਜਾਂਦੇ ਗੱਡੀ ਪੈਕ ਕਰਦੇ ਮਾੜੇ ਜਿਹਾ ਪੇਪਰ ਸਾਈਨ ਕਰਦੇ ਹਾਂ ਤਾਂ ਸਾਰੀ ਇਨਫੋਰਮੇਸ਼ਨ ਇੱਥੇ ਹੁੰਦੀ ਹੈ ਬਟ ਕਾਰ ਟਰੱਕ ਬਹੁਤ ਸੋਹਣਾ ਬਹੁਤ ਬਹੁਤ ਵਧੀਆ ਬਾਕੀ ਤੁਹਾਨੂੰ ਨਾਲ ਦੀ ਨਾਲ ਜਿਹੋ ਜਿਹਾ ਐਕਸਪੀਰੀਅੰਸ ਰਹੇਗਾ ਪਹਿਲੇ ਚਾਰਜਿੰਗ ਦਾ ਉਹ ਵੀ ਦਿਖਾਵਾਂਗੇ ਤਾਂ ਬਟ ਅਗੇਨ ਆ ਕੈਲਗਰੀ ਡਾਊਨਟਾਊਨ ਦੇਖੋ ਆ ਨਵਾਂ ਟਰੱਕ ਫੋਰਡ ਲਾਈਟਨਿੰਗ ਸਾਨੂੰ ਖੁਸ਼ੀ ਇਸ ਗੱਲ ਦੀ ਆ ਵੀ ਸਾਨੂੰ ਮਿਲ ਗਿਆ ਕਿਉਂਕਿ ਇਹਦੀ ਬੁਕਿੰਗ ਇੰਨੀ ਲੇਟ ਮਿਲਦਾ ਤੁਹਾਨੂੰ ਟਰੱਕ ਬਹੁਤ ਲੇਟ ਮਿਲਦਾ ਇਹ ਤਾਂ ਮੈਂ ਅਸੀਂ ਵੇਟ ਕਰ ਰਹੇ ਸੀ 1.5-2 ਸਾਲ ਦੀ ਵੇਟ ਜਦੋਂ ਦਾ ਆਇਆ ਸੀ ਬਟ ਆਈ ਐਮ ਸੋ ਹੈਪੀ ਕਿ ਸਾਨੂੰ ਇੱਥੋਂ ਮਿਲ ਗਿਆ ਅਸੀਂ ਲੈ ਕੇ ਜਾ ਰਹੇ ਹਾਂ ਸਾਹਮਣੇ ਤੁਸੀਂ ਦੇਖਦੇ ਕਿੰਨਾ ਵਧੀਆ ਬਿਊਟੀਫੁਲ ਹੈਗਾ ਆ ਸੀਨਰੀ ਬਹੁਤ ਵਧੀਆ ਟੈਂਪਰੇਚਰ ਵੀ ਅੱਜ ਬਹੁਤ ਵਧੀਆ ਇੱਥੇ ਹੁਣ +4 ਦਿਖਾ ਰਿਹਾ ਆ ਤਾਂ ਇਹ ਅਸੀਂ ਬੈਂਫ ਤੋਂ ਮੇਰੇ ਖਿਆਲ ਘੰਟਾ ਜਾਂ ਰਫਲੀ ਅਰਾਊਂਡ ਮੈਨੂੰ ਲੱਗਦਾ ਕਿ ਬੈਂਫ ਤੋਂ ਘੰਟਾ ਕੁ ਦੂਰ ਹੋਵਾਂਗੇ ਤਾਂ ਪਹਿਲਾਂ ਕੈਨਮੋਰ ਆਉਣਾ ਤਾਂ ਫਿਰ ਬੈਂਫ ਆਉਣਾ ਬੈਂਫ ਤਾਂ ਬਹੁਤ ਹੀ ਜ਼ਿਆਦਾ ਮਸ਼ਹੂਰ ਆ ਕੈਲਗਰੀ ਦਾ ਇਹਨੂੰ ਜਿੱਦਾਂ ਸਾਡੇ ਵੈਨਕੂਵਰ 'ਚ ਬਿਸਲਰ ਆ ਇੱਦਾਂ ਕੈਲਗਰੀ ਵਾਲਿਆਂ ਲਈ ਬੈਂਫ ਆ ਬੈਂਫ ਇਜ਼ ਵੈਰੀ ਬਿਊਟੀਫੁਲ ਸੋ ਵਿੱਚ ਹੀ ਲੰਘਦੇ ਜਾਵਾਂਗੇ ਦਿਖਾਵਾਂਗੇ ਸੋ ਫਾਰ ਗੱਡੀ ਦਾ ਐਕਸਪੀਰੀਅੰਸ ਇਟਸ ਲਾਈਕ ਅਮੇਜ਼ਿੰਗ ਬਲੂ ਕਰੂਜ਼ ਇਹਦਾ ਅਜੇ ਔਨ ਨਹੀਂ ਹੋਇਆ ਸਾਨੂੰ ਕਿਉਂਕਿ ਬ੍ਰੈਂਡ ਨਿਊ ਆ ਲਾਉਣਾ ਵੀ ਨਹੀਂ ਆਇਆ ਸ਼ਾਇਦ ਪਿੱਛੋਂ ਐਕਟੀਵੇਟ ਹੋਣ ਲਈ ਵੀ ਟਾਈਮ ਲੱਗੂਗਾ ਜਿੱਦਾਂ ਟੈਸਲਾ ਨੂੰ ਵੀ ਕਈ ਵਾਰ ਕੈਲੀਬਰੇਟ ਹੋਣ ਲਈ ਟਾਈਮ ਲੱਗਦਾ ਸੋ ਬਹੁਤ ਬਹੁਤ ਸੋਹਣਾ ਬਹੁਤ ਸੋਹਣਾ ਆ ਜੀ ਆਹ ਲੇਕ ਜਿਹੜੀ ਆ ਇੱਥੇ ਜਿੰਨੀਆਂ ਵੀ ਲੇਕਾਂ ਆ ਕਿਉਂਕਿ ਟੈਂਪਰੇਚਰ ਬਿਲੋ 0 ਆ ਜਾਂਦਾ ਤਾਂ ਇਹ ਫਰੀਜ਼ ਹੋ ਜਾਂਦੀਆਂ ਸੋ ਆ ਜੇ ਤੁਸੀਂ ਦੇਖੋਗੇ ਲੇਕ ਕੰਪਲੀਟਲੀ ਫਰੀਜ਼ ਹੋ ਚੁੱਕੀ ਹੋ ਆ ਤਾਂ ਇਹ ਕਈ ਮਹੀਨੇ ਇੱਦਾਂ ਹੀ ਵਿੰਟਰ ਦੇ ਮੰਥਸ ਦੇ ਵਿੱਚ ਮਜੋਰਟੀ ਜਿਹੜੀਆਂ ਲੇਕਸ ਆ ਉਹ ਫਰੀਜ਼ ਹੋ ਜਾਂਦੀਆਂ ਬਟ ਕੇਅਰਫੁਲ ਰਹਿਣ ਦੀ ਲੋੜ ਆ ਫਿਰ ਕਈ ਵਾਰ ਆਪਾਂ ਉਹਦੇ 'ਤੇ ਤੁਰਨ ਲੱਗ ਪੈਂਦੇ ਪਰ ਉਨੀ ਜ਼ਿਆਦਾ ਫਰੀਜ਼ਿੰਗ ਨਹੀਂ ਹੁੰਦੀ ਸੋ ਇਸ ਕਰਕੇ ਬਹੁਤ ਵਾਰ ਇਹੋ ਜਿਹੇ ਹੈਪਨ ਹੁੰਦੇ ਆ ਵੀ ਲੋਕਾਂ ਦਾ ਜਾਨੀ ਨੁਕਸਾਨ ਹੋ ਜਾਂਦਾ ਜਿੱਦਾਂ ਹੁਣ ਇਹ ਲੇਕ ਚਾਹੇ ਫਰੀਜ਼ ਹੋਈ ਹੈ ਬਟ ਟੈਂਪਰੇਚਰ ਇਸ ਵੇਲੇ +5 ਆ
ਸੋ ਦੈਟ ਮੀਨਸ ਇਹ ਡੇਂਜਰਸ ਹੋ ਸਕਦਾ ਹੈ ਸੋ ਹਮੇਸ਼ਾ ਕੇਅਰਫੁਲ ਰਹਿਣਾ ਜਿਹੜਾ ਬੀ ਸੀ ਦਾ ਬਾਰਡਰ ਆ ਨਾ ਉਹ ਅਬਾਊਟ 93 ਕਿਲੋਮੀਟਰਸ ਰਹਿ ਗਿਆ ਮੇਰੇ ਹਿਸਾਬ ਦੇ ਨਾਲ ਹੁਣ ਆਪਾਂ ਕੈਨਮੋਰ ਐਂਡ ਬੈਂਫ ਏਰੀਏ ਦੇ ਵਿੱਚ ਆ ਗਏ ਹਾਂ ਇੱਥੇ ਬੈਂਫ ਦੀ ਖਾਸੀਅਤ ਇਹ ਆ ਭਈ ਇੱਥੇ ਸਕੀ ਰਿਜ਼ੋਰਟ ਕਾਫੀ ਨੇ ਬੈਂਫ ਦਾ ਗੰਡੋਲਾ ਵੀ ਬਹੁਤ ਮਸ਼ਹੂਰ ਆ ਆ ਕੈਨਮੋਰ ਆ ਗਏ ਜਿਹੜੇ ਨੈਕਸਟ 2 ਕਿਲੋਮੀਟਰ ਇਹ ਕੈਨਮੋਰ ਆ ਗਿਆ ਇੱਥੇ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਇੱਥੇ ਲੋਕ ਬਹੁਤ ਰਹਿੰਦੇ ਨੇ ਆ ਕੇ ਜਿਹੜੇ ਬੈਂਫ ਕਈ ਵਾਰ ਬਹੁਤ ਫੁੱਲ ਹੋ ਜਾਂਦਾ ਔਰ ਬਹੁਤ ਮਹਿੰਗਾ ਹੋ ਜਾਂਦਾ ਤਾਂ ਕੈਨਮੋਰ ਆ ਕੇ ਰਹਿੰਦੇ ਆ ਜਿਹੜਾ ਕਿ ਅੱਧੇ ਕੁ ਘੰਟੇ ਦੀ ਦੂਰੀ 'ਤੇ ਆ ਇਹ ਬੈਂਫ ਤੋਂ ਗੋਲਡਨ ਦੇ ਵਿਚਕਾਰ ਜਾ ਰਹੇ ਹਾਂ ਜੇ ਤੁਸੀਂ ਆ ਮੂਹਰੇ ਦੇਖੋਗੇ ਨਾ ਇੱਥੇ ਓਵਰ ਪਾਸ ਜਿਹਾ ਬਣਾਇਆ ਹੋਇਆ ਇਹ ਕਿਤੇ ਇੱਥੇ ਪਾਪੂਲੇਸ਼ਨ ਨਹੀਂ ਇਹ ਬੰਦਿਆਂ ਲਈ ਵੀ ਹੈ ਨੀਗੇ ਇਹ ਜਾਨਵਰਾਂ ਦੇ ਲਈ ਹੈਗੇ ਆ ਕਿਉਂਕਿ ਜੇ ਤੁਸੀਂ ਦੇਖੋਗੇ ਸਾਰੇ ਸਾਈਡ 'ਤੇ ਉਹ ਫੈਂਸ ਲੱਗੀ ਹੋਆ ਇਹ ਥੋੜ੍ਹੇ ਥੋੜ੍ਹੇ ਚਿਰ ਬਾਅਦ ਤੁਹਾਨੂੰ ਇਹ ਆਈ ਜਾਂਦੇ ਆ ਵੀ ਇਹ ਜਾਨਵਰਾਂ ਦੇ ਲੰਘਣ ਲਈ ਜੇ ਸੜਕ ਤੋਂ ਹਾਈਵੇ ਤੋਂ ਇੱਧਰੋਂ ਉੱਧਰ ਜਾਣਾ ਹੋਵੇ ਉਹਨੀ ਵੀ ਆਹ ਦੇਖੋ ਇੱਥੇ ਤਾਂ ਫੈਂਸ ਲੱਗੀ ਹੋਆ ਫਿਰ ਤੁਹਾਨੂੰ ਬਹੁਤ ਆਉਣ ਵਾਲੇ ਕਈ ਕਿਲੋਮੀਟਰ ਬਹੁਤ ਜ਼ਿਆਦਾ ਤੁਹਾਨੂੰ ਓਵਰਪਾਸ ਦਿਸਣਗੇ ਦੇਖੋ ਇੱਥੇ ਬੰਦਿਆਂ ਦੇ ਨਾਲ ਨਾਲ ਜਾਨਵਰਾਂ ਦਾ ਵੀ ਖਿਆਲ ਰੱਖਿਆ ਜਾਂਦਾ ਔਰ ਬਿਊਟੀ ਦਾ ਖਿਆਲ ਵੀ ਰੱਖਿਆ ਸੋ ਇਹ ਕਿੰਨੇ ਵਧੀਆ ਨਹੀਂ ਤਾਂ ਚੌਰਸ ਜਿਹਾ ਵੀ ਬਣਾਈ ਜਾ ਸਕਦੇ ਸੀ ਜਿਹੋ ਜਿਹੀ ਉਹਦੀ ਲੁੱਕ ਦਿੱਤੀ ਆ ਵੀ ਉਹ ਮਾਊਂਟੇਨਸ ਵਗੈਰਾ ਦੇ ਵਿੱਚ ਬੜੀ ਸੋਹਣੀ ਲੱਗਦੀ ਆ ਔਰ ਪਲੱਸ ਇਹ ਬਹੁਤ ਚੌੜੇ ਹੈਗੇ ਆ ਕਈ ਜਾਨਵਰ ਵਗੈਰਾ ਇੱਧਰ ਉੱਧਰ ਜਾਣ ਲਈ 103 ਕਿਲੋਮੀਟਰ ਰਹਿੰਦੇ ਆ ਆਪਾਂ ਪਹੁੰਚ ਗਏ ਹਾਂ ਗੋਲਡਨ ਬੀ ਸੀ ਦੇ ਵਿੱਚ ਐਂਟਰ ਹੋ ਗਏ ਹਾਂ ਗੋਲਡਨ ਬੀ ਸੀ ਔਰ ਇਹ ਗੱਡੀ ਦਾ ਬ੍ਰੈਂਡ ਨਿਊ ਗੱਡੀ ਦੇ ਪਹਿਲੀ ਵਾਰ ਆਪਾਂ ਇਹਨੂੰ ਚਾਰਜ ਕਰਨ ਲੱਗੇ ਹੁਣ ਦੇਖਦੇ ਹਾਂ ਜੇ ਆਹ ਤਾਂ ਲੱਭ ਗਿਆ ਸੀ ਲਓ ਜੀ ਪਹਿਲੀ ਵਾਰ ਟਰੱਕ ਖੜ੍ਹ ਰਿਹਾ ਆ ਆਹ ਇਹਦਾ ਹੈਗਾ ਚਾਰਜਿੰਗ ਪੁਆਇੰਟ ਆਹ ਖੋਲ੍ਹ ਲਿਆ ਪਹਿਲੀ ਵਾਰ ਚਾਰਜ ਹੋਣ ਜਾ ਰਿਹਾ ਹੁਣ ਦੇਖਦੇ ਹਾਂ ਵੀ ਕਿੱਦਾਂ ਲੱਗੂਗਾ ਤਾਂ ਇਹੀ ਆਹ ਲਓ ਜੀ ਹੁਣ ਉੱਥੇ ਮੇਰਾ ਖਿਆਲ ਆਪਾਂ ਨੂੰ ਲਾਉਣਾ ਪਊਗਾ ਅੰਦਰ ਦੇਖਦੇ ਹਾਂ ਇਹ ਦੇਖੋ ਆ ਗਿਆ ਇਹ ਨਹੀਂ ਮੇਰੇ ਖਿਆਲ ਡਿਟੈਕਟ ਵੀ ਕਰ ਲਿਆ ਐਂਡ ਸਟਾਰਟ ਕਰਕੇ ਆਪਾਂ ਦੇਖਦੇ ਹਾਂ ਮੋਬਾਈਲ ਐਪਲੀਕੇਸ਼ਨ ਵਿੱਚ ਕਾਰ ਡੂ ਯੂ ਵਾਂਟ ਟੂ ਡੂ ਮੋਬਾਈਲ ਐਪਲੀਕੇਸ਼ਨ ਦਾ ਆਥੋਰਾਈਜੇਸ਼ਨ ਹੋਣੀ ਸ਼ੁਰੂ ਹੋ ਗਈ ਆ ਲਓ ਜੀ ਲਓ ਜੀ ਅਸੀਂ ਗੋਲਡਨ ਆਇਓ ਸੀਗੇ ਤਾਂ ਇੱਥੇ ਆ ਕੇ ਚਾਰਜਿੰਗ 'ਤੇ ਲਾਈ ਇਹ ਬੀ ਸੀ ਹਾਈਡਰੋ ਦਾ ਚਾਰਜਿੰਗ ਸਟੇਸ਼ਨ ਆ ਮੋਸਟਲੀ ਇਹ ਨਾ ਕਈ ਤਰ੍ਹਾਂ ਦੇ ਚਾਰਜਿੰਗ ਵਾਲੇ ਹੈਗੇ ਟੈਸਲਾ ਦੇ ਤਾਂ ਬਹੁਤ ਹੀ ਈਜ਼ੀ ਆ ਨਾ ਵੀ ਉੱਥੇ ਸੁਪਰ ਚਾਰਜਰ ਹੁੰਦੇ ਆ ਕੋਈ 150 ਵਾਟ ਦਾ ਹੁੰਦਾ ਕੋਈ 250 ਵਾਟ ਦਾ ਹੁੰਦਾ ਉਹ ਬਹੁਤ ਫਾਸਟ ਨੇ ਸੋ ਇਹ ਬੀ ਸੀ ਹਾਈਡਰੋ ਦੇ ਆ ਕਿਉਂਕਿ ਫੋਰਡ ਦੇ ਆਪਣੇ ਹੀ ਨਹੀਂ ਹੈਗੇ ਸੋ ਬੀ ਸੀ ਹਾਈਡਰੋ ਦਾ ਜਿਹੜਾ ਆ ਪਰਟੀਕੁਲਰ ਚਾਰਜਰ ਸੀਗਾ ਇਹ 50 ਵਾਟ ਦਾ ਆ 50 ਵਾਟ ਦਾ ਐਂਡ ਇੱਥੇ ਜੇ ਆਪਾਂ ਹੋਰ ਦੇਖਾਂਗੇ ਉਹ ਪਰਲੇ ਪਾਸੇ ਜਿਹੜੇ ਲੱਗੇ ਹੋ ਆ ਇਹ ਫਲੋ ਉਹ ਬਹੁਤ ਹੀ ਸਲੋ ਆ ਉਹ ਤਾਂ ਮਤਲਬ ਘਰ ਦੀ ਬਿਜਲੀ ਵਾਂਗੂ ਹੀ ਆ ਮੇਰੇ ਖਿਆਲ ਇਹਦੇ ਨਾਲੋਂ ਕਾਫੀ ਜ਼ਿਆਦਾ ਸਲੋ ਹੈਗੇ ਆ ਹੁਣ ਇੱਥੇ ਆ ਕੇ ਤੁਸੀਂ ਇਹ ਦੇਖ ਲਓ ਵੀ ਅਸੀਂ ਸਾਨੂੰ ਆਇਆਂ ਨੂੰ ਆਲਮੋਸਟ ਇਹ ਦੱਸ ਰਿਹਾ ਵੀ 448 'ਤੇ ਅਸੀਂ ਆ ਕੇ ਲੱਗੇ ਸੀ ਤਾਂ ਆਲਮੋਸਟ 2.5 ਘੰਟੇ ਹੋ ਗਏ ਆ ਸੋ ਇਹਨੂੰ ਔਰ ਸਾਨੂੰ ਜਿਹੜੀ ਚਾਰਜਿੰਗ ਮਿਲੀ ਆ ਉਹ 87% ਮਿਲ ਗਈ ਹੈ ਸੋ 345 ਕਿਲੋਮੀਟਰ ਰੇਂਜ ਜਿਹੜੀ ਆ ਉਹ ਆਪਣੀ ਹੋ ਗਈ ਆ ਹੁਣ ਸੋ ਇੱਥੇ ਦੇਖੋਗੇ 87% ਚਾਰਜ ਹੋ ਗਈ ਆ ਗੱਡੀ ਐਂਡ $20.70 ਆਪਾਂ ਨੂੰ ਕੋਸਟ ਆਈ ਆ ਐਂਡ 1 ਘੰਟਾ 39 ਮਿੰਟ ਪਰ ਮੈਂ ਫਿਰ ਦੱਸਦਿਆਂ ਵੀ ਇਹ ਟੈਸਲਾ ਦੇ ਤਾਂ ਮੈਕਸੀਮਮ ਜਿਹੜੇ ਲੱਗਦੇ ਹੁੰਦੇ ਆ ਉਹ ਆਲਮੋਸਟ 1.5 ਘੰਟੇ ਦੇ ਵਿੱਚ ਤੁਹਾਡੀ ਫੁੱਲ ਹੁੰਦੀ ਕਿਉਂਕਿ ਸੁਪਰ ਚਾਰਜਰ ਆ ਸੋ ਇਹ ਬੀ ਸੀ ਹਾਈਡਰੋ ਦਾ 50 ਵਾਟ ਦਾ ਚਾਰਜ ਸੀਗਾ ਐਂਡ ਪਲੱਸ ਜਿਹੜੇ ਜਿਨ੍ਹਾਂ ਦੀ ਪਾਵਰ ਇਸ ਤੋਂ ਡਬਲ ਹੁੰਦੀ ਆ ਉਸ ਤੋਂ ਫਿਰ ਅੱਧਾ ਟਾਈਮ ਲੱਗੇਗਾ ਪਰ ਫਿਰ ਵੀ ਤੁਹਾਨੂੰ ਕਹਿ ਲਓ 45 ਮਿੰਟ ਤੋਂ 1 ਘੰਟਾ ਵੀ ਪੂਰੀ ਚਾਰਜ ਕਰਨ ਲਈ ਇਹ ਲੱਗੇਗਾ ਹੁਣ ਅਸੀਂ ਨਿਕਲਣ ਲੱਗੇ ਹਾਂ ਫਿਰ ਇੱਕ ਵਾਰ ਦੱਸ ਦਈਏ $20 $21 ਲੱਗੇ ਨੇ ਔਰ ਸਾਨੂੰ ਕਿਲੋਮੀਟਰ ਕਿੰਨੇ ਮਿਲ ਗਏ ਨੇ 300
ਆਲਮੋਸਟ 350 ਕਿਲੋਮੀਟਰ ਆਪਾਂ ਨੂੰ ਰੇਂਜ ਮਿਲ ਗਈ ਆ। ਸੋ ਜਿੱਥੇ ਅਸੀਂ ਗਾਹਾਂ ਜਾਣਾ ਉਹ 250 ਕਿਲੋਮੀਟਰ ਹੀ ਆ, ਸੋ ਵੀ ਸ਼ੁੱਡ ਬੀ ਫਾਈਨ। ਹੁਣ ਇਹਨੂੰ ਬੰਦ ਕਰਕੇ ਤਾਂ ਆਪਾਂ ਅੱਗੇ ਚੱਲ ਜਾਣਾ ਆ, ਤੁਹਾਨੂੰ ਦਿਖਾਉਂਦੇ ਹਾਂ ਜੀ ਇੱਥੋਂ, ਕਿਉਂਕਿ ABC ਹਾਈਡਰੋ ਦੀ ਐਪ ਆ। ਹੁਣ ਬਾਹਰ ਜਾ ਕੇ ਇਹਨੂੰ ਕਲੋਜ਼ ਕਰਕੇ ਤਾਂ ਅਸੀਂ ਅੱਗੇ ਤੁਰ ਪੈਣਾ। ਹੁਣ ਤੁਸੀਂ ਇਹਨੂੰ ਅਨਲੋਕ ਕਰਨਾ, ਮੇਰਾ ਖਿਆਲ ਇਹਨੂੰ ਐਂ ਦੱਬ ਕੇ, ਹੁਣ ਇਹ ਅਨਲੋਕ ਹੋ ਜਾਊਗਾ। ਇਹਨੂੰ ਐਂ ਦੱਬ ਕੇ ਤਾਂ ਇਹਨੂੰ ਆਪਾਂ ਖਿੱਚ ਲੈਣਾ। ਇਹਨੂੰ ਖਿੱਚਿਆ, ਇਹ ਪਹਿਲੀ ਵਾਰ, ਕਿਉਂਕਿ ਬ੍ਰੈਂਡ ਨਿਊ ਵਹੀਕਲ ਆ, ਅਸੀਂ ਵੀ ਪਹਿਲੀ ਵਾਰ ਚਾਰਜ ਕੀਤਾ। ਇਹਨੂੰ ਫਿਰ ਇਹਨੂੰ ਕਰਕੇ ਕਵਰ, ਉਹ ਦੇਖੋ ਆਪਣੇ ਆਪ ਇਹ ਹੋ ਗਿਆ। ਇਹਦਾ ਜ਼ਰੂਰ ਖਿਆਲ ਰੱਖਣਾ ਵੀ ਜਦੋਂ ਆਪਾਂ ਕਰਨਾ ਕਿਸੇ ਵਹੀਕਲ ਦੇ ਟਾਇਰ ਹੇਠਾਂ ਨਾ ਆ ਜਾਵੇ। ਆ ਵੇਖੋ ਇਹਨੂੰ ਬਚਾ ਕੇ ਤਾਂ ਆਪਾਂ ਇਸ ਤਰ੍ਹਾਂ ਪਾਉਣਾ। ਆ ਲਓ ਜੀ, ਠੀਕ ਹੈ ਜੀ। ਹੁਣ ਆਪਾਂ ਚੱਲੀਏ। ਇਹਦੀਆਂ ਲਾਈਟਾਂ ਬੜੀਆਂ ਜ਼ਬਰਦਸਤ ਲੱਗਦੀਆਂ, ਕਿਉਂਕਿ ਲਾਈਟਨਿੰਗ ਦੀਆਂ ਨਾ ਲਾਈਟਾਂ ਬੜੀਆਂ ਵਧੀਆ। ਪਿੱਛਿਓਂ ਵੀ ਸੋਹਣਾ ਲੱਗਦਾ ਇਹ, ਕਿਉਂਕਿ ਨਵੀਂ ਸ਼ੇਪ ਜੇ ਆਈ ਆ। ਪਿੱਛਿਓਂ ਵੀ ਲਾਈਟਾਂ ਲੁੱਕਸ ਨਾਈਸ। ਹੁਣ ਸਾਡਾ ਸਫ਼ਰ ਤਾਂ ਤੁਸੀਂ ਕਹਿ ਲਓ ਵੀ ਕਾਫੀ ਬਚਦਾ ਆ, ਪਰ ਨੈਕਸਟ ਸਟਾਪ ਜਿਹੜਾ ਲਾਵਾਂਗੇ ਅਸੀਂ ਸਲਮਨ ਆਰਮ ਰੁਕਣਾ ਆ। ਸਲਮਨ ਆਰਮ ਸਾਡੇ ਡੈਸਟੀਨੇਸ਼ਨ ਦੇ ਆਲਮੋਸਟ ਅੱਧ ਕੁ 'ਚ ਹੈਗੇ। ਜਿਹੜੀ ਅੱਜ ਆਪਣੇ ਕੋਲ ਜਨਵਰੀ 8 ਹੈਗੀ ਆ, ਸਵੇਰ ਦਾ ਟਾਈਮ ਆ, ਤਾਂ ਕੈਲਗਰੀ ਤੋਂ ਆ ਰਹੇ ਸੀ ਨਵੇਂ ਟਰੱਕ ਦੇ ਵਿੱਚ, ਜਿਹੜਾ ਇਲੈਕਟ੍ਰਿਕ ਟਰੱਕ, ਉਹ ਵੀ ਟੈਸਟ ਕਰ ਰਹੇ ਸੀ। ਤਾਂ ਅਸੀਂ ਰਾਹ 'ਚ ਰੁਕ ਗਏ ਸੀਗੇ ਸਲਮਨ ਆਰਮ, ਜਿਹੜਾ ਕਿ ਆਲਮੋਸਟ ਅੱਧ ਤੋਂ ਥੋੜ੍ਹਾ ਜਿਹਾ ਵੱਧਦਾ ਹੀ ਆ। ਹੁਣ ਇੱਥੋਂ ਵੈਨਕੂਵਰ 4.5 ਘੰਟੇ ਘੰਟੇ ਦਾ ਆ, ਐਂਡ 6 ਘੰਟੇ ਦਾ ਮੇਰੇ ਖਿਆਲ ਕੈਲਗਰੀ ਹੋਵੇਗਾ। ਸੋ ਆਹ ਜਿਹੜਾ ਚਾਰਜਿੰਗ ਪੁਆਇੰਟ ਸੀਗਾ ਹੋਟਲ ਦੇ ਨਾਲੇ ਹੀ ਇਹ ਮਿਲ ਗਿਆ ਸੀਗਾ। ਇਹ ਫਲੋ ਵਾਲਿਆਂ ਦਾ BC ਹਾਈਡਰੋ ਐਂਡ ਦੇ ਨਾਲ ਮੇਰੇ ਖਿਆਲ ਐਸੋਸੀਏਟ ਹੈਗੇ ਆ, ਇੱਥੇ ਲਾਇਆ ਸੀਗਾ। ਪਰ ਇਹ ਸਲੋ ਨੇ ਕੰਪੇਅਰਡ ਟੂ ਟੈਸਲਾ ਤਾਂ, ਪਰ ਸਾਨੂੰ ਇਹ ਸੀ ਵੀ ਸਾਡੇ ਕੋਲ ਬਹੁਤ ਟਾਈਮ ਆ। ਹੁਣ ਇੱਥੇ ਆਏ ਤਾਂ ਐਪ ਸਾਡੀ ਦੱਸ ਰਹੀ ਆ, ਆਹ ਦੇਖਿਓ ਜੀ, ਐਪ ਸਾਡੀ ਦੱਸ ਰਹੀ ਆ ਸਾਨੂੰ ਐਕਚੁਲੀ 2 ਘੰਟੇ 31 ਮਿੰਟ ਹੋ ਗਏ ਲਾਇਆ ਨੂੰ, ਤਾਂ ਇਹ ਮੇਰੇ ਖਿਆਲ ਲੈਵਲ 2 ਹੋਵੇਗਾ ਜੇ ਮੈਂ ਸੁਣ 99% ਹੋ ਗਿਆ। ਔਰ ਇੱਕ ਇਹਦੀ ਜਿਹੜੀ ਵਧੀਆ ਗੱਲ ਆ, ਜਿਹੜੀ ਸਾਨੂੰ ਬਹੁਤ ਚੰਗੀ ਲੱਗ ਰਹੀ ਆ, ਜਿਹੜੀ ਜੇ ਤੁਸੀਂ ਇਹ ਦੇਖਦੇ ਆ ਇੱਥੇ ਐਸਟੀਮੇਟਡ ਕੋਸਟ 0। ਇਹ ਮੇਰੇ ਖਿਆਲ ਨਵੇਂ ਖੁੱਲ੍ਹੇ ਆ ਜਾਂ ਕੀ ਆ, ਪਹਿਲਾਂ ਜਿੱਦਾਂ ਬਿਲਕੁਲ ਫਰੀ ਹੁੰਦੇ ਆ। ਸੋ ਇਹਦੀ ਕੋਈ ਵੀ ਕੋਸਟ ਨਹੀਂ ਉਹਨੀ ਲਈ, ਸੋ ਇਹਦੀ ਕੋਸਟ ਜਿਹੜੀ ਹੈ 0। ਆਹ ਹੈਗਾ ਤਾਂ ਆਪਣਾ ਲਾਈਟਨਿੰਗ ਟਰੱਕ, ਇਹ ਹੁਣ ਕੱਲ੍ਹ ਦਾ ਕਾਫੀ ਲਿਬੜਿਆ ਜਿਹੜਾ ਉੱਥੋਂ ਕੈਲਗਰੀ ਤੋਂ ਲੈ ਕੇ ਆਏ, ਤਾਂ ਪਲਾਟੀਨਮ। ਹੁਣ ਜੇ ਪਰਲੇ ਪਾਸੇ ਦੇਖਦੇ ਹਾਂ, ਆਹ ਦੇਖੋ ਇੱਥੇ ਲੱਗਾ ਆ ਤਾਂ ਆਲਮੋਸਟ 2.5 ਘੰਟੇ ਨੂੰ ਲੱਗੇ ਨੂੰ ਹੋ ਗਏ ਸੀਗੇ। ਅਸੀਂ ਜਿੱਦਾਂ ਟੈਸਲਾ ਦੇ ਨਾਲ ਯੂਜ਼ ਟੂ ਹੈਗੇ ਹਾਂ, ਫਿਰ ਉਹ ਸਾਨੂੰ ਲੱਗਦਾ ਬਹੁਤ ਹੀ ਸਲੋਅ ਆ, ਪਰ ਇਹ ਸਲੋਅ ਕਿਉਂਕਿ ਇੱਥੇ ਇਹ ਫਾਸਟ ਚਾਰਜਰ ਨਹੀਂ ਹੈਗੇ। ਹੁਣ ਜੇ ਆਪਾਂ ਦੇਖਦੇ ਹਾਂ ਇਹ, ਤੁਸੀਂ ਦੇਖ ਲਓ 50 ਕਿਲੋਵਾਟ ਦਾ ਹੀ ਆ, ਤਾਂ ਆਮ ਜਿਹੜੇ ਟੈਸਲਾ ਦੇ ਆ ਉਹ ਉਸ ਤੋਂ ਕਈ ਗੁਣਾ ਜ਼ਿਆਦਾ ਫਾਸਟ ਹੈਗੇ ਆ। ਸੋ ਇਹ ਲੱਗ ਗਿਆ ਤਾਂ ਹੁਣ 99% ਇਹ ਹੋ ਗਈ ਆ। ਹੁਣ ਆਪਾਂ ਖੋਲ੍ਹ ਕੇ ਦੇਖਦੇ ਹਾਂ, ਸੋ ਇਹਦਾ ਲਾਸਟ ਫਲੈਸ਼ ਕਰਦਾ, ਸੋ ਦੈਟ ਮੀਨਸ ਆਲਮੋਸਟ ਫੁੱਲ ਹੋ ਗਈ ਆ। ਓਕੇ, ਹੁਣ ਇਹ ਫੁੱਲੀ ਚਾਰਜ ਹੋ ਗਿਆ ਸੀ, 99 ਆਲਮੋਸਟ, ਇਹ ਕਹਿ ਰਹੇ ਨੇ ਵੀ 100% ਚਾਰਜ ਹੋ ਗਿਆ ਆ। ਪਰ ਇਹਦੀ ਰੇਂਜ ਜਿਹੜੀ ਅਸੀਂ ਐਕਸਪੈਕਟ ਕਰਦੇ ਸੀ ਵੀ 500 ਕਿਲੋਮੀਟਰ ਹੋਵੇਗੀ, 500 ਕਿਲੋਮੀਟਰ ਹੋਵੇਗੀ ਇਹਦੀ ਰੇਂਜ, ਕਿਉਂਕਿ 90% ਦੇ 485 ਸੀਗਾ ਜਦੋਂ ਅਸੀਂ ਤੁਰੇ ਸੀਗੇ। ਪਰ ਹੁਣ ਇਹ ਦੇਖਿਆ ਤਾਂ 374 ਕਿਲੋਮੀਟਰ ਹੀ ਆ, ਮਤਲਬ 500 ਕਿਲੋਮੀਟਰ ਨਹੀਂ ਹੋਈ। ਜੇ ਇੱਥੇ ਆਪਾਂ ਦੇਖਦੇ 99% ਤਾਂ ਇਹ 374 ਕਿਲੋਮੀਟਰ ਆਫ ਰੇਂਜ ਆ। ਹੁਣ ਅਸੀਂ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵੀ ਭਾਈ ਇਹ ਤਾਂ 500+ ਹੋਣੀ ਚਾਹੀਦੀ ਆ, ਪਰ ਉਹਨਾਂ ਦਾ ਇਹ ਕਹਿਣਾ ਸੀ ਭਾਈ ਜਿਹੜਾ ਨਾ ਇਹ ਤੁਹਾਡਾ ਪਿਛਲਾ ਚਾਰਜਿੰਗ ਤੋਂ ਲੈ ਕੇ ਹੁਣ ਤੱਕ ਦਾ ਤੁਹਾਡਾ ਡਰਾਈਵਿੰਗ ਜਾਂ ਸੜਕ ਦਾ ਜਾਂ ਡਰਾਈਵਿੰਗ ਦਾ ਬਿਹੇਵੀਅਰ ਐਂਡ ਪਲੱਸ ਜਿਹੜਾ ਸੜਕ ਆਪਣੀ ਹੈਗੀ ਆ, ਚੜ੍ਹਾਈਆਂ ਤਰਾਈਆਂ ਪਹਾੜਾਂ ਵਾਲੇ, ਉਸ ਹਿਸਾਬ ਦੇ ਨਾਲ ਇਹ ਕੈਲਕੂਲੇਟ ਕਰਦਾ ਆ। ਸੋ ਆਈ ਟੋਟਲੀ, ਮੈਨੂੰ ਲੱਗਦਾ ਵੀ ਆਈ ਐਗਰੀ ਵਿਦ ਦੈਟ ਵੀ ਇਹ ਸਿਚੁਏਸ਼ਨਸ ਇਹ ਹੁੰਦੀਆਂ ਵੀ ਜਿੱਥੇ ਤੁਹਾਡੀ ਰੇਂਜ ਘੱਟਦੀ ਵੱਧਦੀ ਆ, ਵੀ ਪਹਾੜ ਬਹੁਤ ਜ਼ਿਆਦਾ ਸੀਗੇ ਜਿਹੜੇ ਰੌਕੀ ਮਾਊਂਟੇਨਸ ਦੇ ਵਿੱਚੋਂ ਆਏ ਆ। ਤਾਂ ਹੁਣ ਆ ਕੇ ਆਪਾਂ ਅੱਗੇ ਦੇਖਦੇ, ਪਰ ਹੁਣ ਇਸ ਵੇਲੇ 373 ਕਿਲੋਮੀਟਰ ਰੇਂਜ ਦੱਸ ਰਿਹਾ, ਪਰ ਮੈਨੂੰ ਲੱਗਦਾ ਕਿ ਇਹ ਰੇਂਜ ਵੱਧ ਜਾਣੀ ਆ ਜੀ ਅਤਰਾਈ ਆ ਗਈ, ਕਿਉਂਕਿ ਚੜ੍ਹਾਈ ਕਾਫੀ ਸੀਗੀ। ਪਰ ਇਹ 500+ ਜਿਹੜੀ ਅਸੀਂ ਐਕਸਪੈਕਟ ਕਰਦੇ ਸੀ ਇਹ ਬਿਲਕੁਲ ਨਹੀਂ ਹੋਈ, ਇਹ 373 ਕਿਲੋਮੀਟਰ ਫੁੱਲੀ ਚਾਰਜ ਆਲਮੋਸਟ 99% ਦੇ ਇਹ ਹੋਈ ਆ। ਇਹ ਵੀ ਇੱਕ ਸਾਡੇ ਲਈ ਵੀ ਨਵੀਂ ਚੀਜ਼ ਆ, ਪਰ ਉਹ ਪੁੱਛਿਆ ਤਾਂ ਇਹ ਦੱਸਿਆ ਗਿਆ। ਤਾਂ ਹੁਣ ਜਾ ਕੇ ਆਪਾਂ ਦੇਖਦੇ ਹਾਂ, ਹੁਣ ਇੱਥੇ ਜਿਹੜਾ ਸਾਡਾ ਸਰੀ ਆ ਜਿੱਥੇ ਆਪਾਂ ਪਹੁੰਚਣਾ ਆ, ਇੱਥੋਂ 450 ਕਿਲੋਮੀਟਰ ਆ, 450 ਕਿਲੋਮੀਟਰ। ਸੋ ਸਾਨੂੰ ਰਾਹ 'ਚੋਂ ਇੱਕ ਵਾਰ ਚਾਰਜ ਕਰਨਾ ਪਊਗਾ, ਬਟ ਮੈਨੂੰ ਲੱਗਦਾ ਕਿਉਂਕਿ ਡਾਊਨਹਿਲ ਕਾਫੀ ਜ਼ਿਆਦਾ ਆ, ਇਹਨੇ ਆਟੋਮੈਟਿਕਲੀ ਚਾਰਜ ਵੀ ਹੋਈ ਜਾਣਾ ਆ।
उस वेले शायद साड़ी रेंज होर भी वधेगी। हुण इस वेले रेंज 373 और साड़ी डेस्टिनेशन हैगी 450 किलोमीटर। सो सानू एक बार फिर राज कितने खड़ के आप चार्ज कर लें। लो जी इत्थे जिहड़ा हैगा इस वेले 421 किलोमीटर दूर जिहड़ी हैगी आ डेस्टिनेशन हैगी आ तैनू डेस्टिनेशन अपना घर सरी एने इस वेले आपां जा रहे हैं। रेंज जिहड़ी हैगी आ 352 किलोमीटर रहिंदी आ जिहड़ी इह हैगी आ अबाउट 420 किलोमीटर जिहड़ी साडी उह रहिंदी आ। सो आलमोस्ट 70 किलोमीटर का फर्क आ 70 किलोमीटर। पर हुण क्योंकि डाउनहिल आउणी आ उस वेले चार्ज होण लग पैंदी आ जिदा हुण आपां देखदे आ तां ओ फिर ओदा बेनीफिट भी हो जाणा। तां नाल दी नाल तुहानूं दस्सी जावांगे एक जगह खड़ के किते लंच कर लवांगे तां उत्थे चार्ज भी कर लवांगे। पर सो फार जिहड़ा एक्सपीरियंस रिहा इलैक्ट्रिक गड्डी दा इस पिकअप दा ओह बहुत ही वधिया रिहा। कोई भी इहो जिहा नहीं हैगा भई जिस वेले आपां देखदे आ ਪਈ ਗੈਸ ਔਰ ਦੂਸਰੇ ਵਾਲਾ ਫਰਕ ਕੀ ਆ ਕਿ ਪੈਸੇ ਦਾ ਔਰ ਆਪਾਂ ਇਨਵਾਇਰਮੈਂਟ ਨੂੰ ਖਰਾਬ ਨਹੀਂ ਕਰ ਰਹੇ। ਤਾਂ ਤੁਸੀਂ ਵੱਧ ਤੋਂ ਵੱਧ ਕੀ ਆ ਜੇ ਤੁਹਾਡਾ ਕੈਲਗਰੀ ਵਾਲੇ ਰਸਤੇ ਤੱਕ 1 ਘੰਟਾ ਵੱਧ ਵੀ ਲੱਗ ਜਾਂਦਾ ਪਹਿਲਾਂ ਤੁਰ ਪਾਓ ਰਾਈਟ। ਸੋ ਅਰਲੀ ਤੁਰ ਪਾਓ ਐਨ ਪਲੱਸ ਦੂਜਾ ਬੈਨੀਫਿਟ ਕੀ ਆ ਵੀ ਗੈਸ ਗੱਡੀਆਂ ਨਾਲੋਂ ਇਹਦੇ 'ਚ ਪਾਵਰ ਬਹੁਤ ਹੀ ਜ਼ਿਆਦਾ ਆ ਔਰ ਚੜ੍ਹਾਈਆਂ ਤਰਾਈਆਂ 'ਤੇ ਜਿੱਦਾਂ ਉਹ ਥੋੜ੍ਹੀ ਜਿਹੀਆਂ ਦੱਬਦੀਆਂ ਇਹ ਬਿਲਕੁਲ ਨਹੀਂ ਦੱਬਦੀ। इस रूट की सब तो ब्यूटी यही है भी इत्थे ना लेक्स वगैरह माउंटेन्स क्लाउड्स ग्रीनरी ये बहुत जबरदस्त आ। सो ये बहुत मज़ा आता जो तुसी ड्राइव करते हैं। समरां नूं तां होर भी ज़्यादा आता जदों थले स्नो वगैरह जां फ्रीजिंग नहीं हुंदी तां बहुत मज़ा आता। इधर तुसी जाने जैसपुर वल जाने उत्थे भी हुण असीं कैमलूप्स तों घंटा गुरे हाँ तां इट्स ब्यूटीफुल। ਲਓ ਜੀ ਆਪਾਂ ਪਹੁੰਚ ਗਏ ਹਾਂ ਕੈਮਲੂਪਸ। ਹੁਣ ਕੈਮਲੂਪਸ ਤੋਂ ਵੈਨਕੂਵਰ ਹਾਈਵੇ ਬਹੁਤ ਹੀ ਜ਼ਿਆਦਾ ਵਧੀਆ ਹੈ। ਕੋਕਾ ਹਾਲਾ ਗਾਹਾਂ ਸ਼ੁਰੂ ਹੋ ਜਾਣਾ। ਸੋ ਹੁਣ ਜਿਹੜਾ ਉਹ ਸੀਗਾ ਕਿਤੇ ਪਿੰਡ ਆ ਗਿਆ, ਕਿਤੇ ਲਾਈਟਾਂ ਆ ਗਈਆਂ, ਕਿਤੇ ਸਪੀਡ ਘੱਟ ਗਈ, ਉਹ ਹੁਣ ਉਸ ਚੀਜ਼ 'ਚੋਂ ਆਪਾਂ ਬਾਹਰ ਆ ਜਾਣਾ। ਸੋ ਇਹ ਕੈਮਲੂਪਸ ਆ, ਇੱਥੇ ਵੀ ਪੰਜਾਬੀ ਕਾਫੀ ਨੇ, ਗੁਰਦੁਆਰਾ ਸਾਹਿਬ ਵੀ ਹੈਗਾ ਆ, ਤਾਂ ਸ਼ਹਿਰ ਵੀ ਵੱਡਾ ਆ। BC ਦੇ ਵੱਡੇ ਸ਼ਹਿਰਾਂ 'ਚੋਂ ਇਹ ਆਉਂਦਾ ਜਿੱਦਾਂ ਕਲੋਨਾ ਹੋ ਗਿਆ, ਪੰਡਿਕਟਨ ਹੋ ਗਿਆ, ਕੈਮਲੂਪਸ ਹੋ ਗਿਆ। ਸੋ ਇਹ ਆ ਰਿਹਾ ਜੀ ਇਹ ਐਂਡ ਕੋਕਾਹਲਾ ਹਾਈਵੇ ਗਾਹਾਂ ਆ ਜਾਣਾ, ਜਿਹੜਾ ਕੈਨੇਡਾ ਦਾ ਸਭ ਤੋਂ ਉੱਚਾ ਐਂਡ ਸਭ ਤੋਂ ਫਾਸਟ ਹਾਈਵੇ ਜਿੱਥੇ ਸਪੀਡ 120 ਕਿਲੋਮੀਟਰ ਦੀ ਆਉਣੀ ਆ। ਸੋ ਹੁਣ ਆ ਕੇ ਉਹ ਨਿਕਲ ਗਏ ਜਿਹੜੇ ਛੋਟੀ ਛੋਟੀਆਂ ਰੋਡਾਂ, ਕਦੇ ਲਾਈਟ ਆ ਗਏ, ਕਦੇ ਮੋਰੀਓਨ ਟ੍ਰੈਫਿਕ ਵਾਲਾ ਆ ਗਿਆ। ਹੁਣ ਆਪਾਂ ਵੈਨਕੂਵਰ ਤੱਕ ਇਹ 400 ਕਿਲੋਮੀਟਰ ਹੋਣਾ ਆ ਔਰ ਹੁਣ ਇਹ ਹਾਈਵੇ ਬਹੁਤ ਹੀ ਜ਼ਿਆਦਾ ਵਧੀਆ। ਬਟ ਇੱਥੇ ਪ੍ਰੋਬਲਮ ਇਹ ਆਉਂਦੀ ਆ ਵੀ ਹਾਈਟ ਉੱਚੀ ਹੋਣ ਕਰਕੇ, ਹਾਈਟ ਬਹੁਤ ਜ਼ਿਆਦਾ ਉੱਚੀ ਹੋਣ ਕਰਕੇ ਇੱਥੇ ਸਨੋਅ ਜਾਂ ਟੈਂਪਰੇਚਰ ਫਰੀਜ਼ਿੰਗ ਦੇ ਵਿੱਚ ਇਹ ਹੁੰਦਾ ਤਾਂ ਉੱਥੇ ਜਿਹੜੇ ਹਾਈਵੇ ਦੀ ਕੰਡੀਸ਼ਨ ਬੈਡ ਹੁੰਦੀ ਆ। ਪਰ ਹਾਈਵੇ ਬਹੁਤ ਸੋਹਣਾ ਕਰਕੇ ਔਰ ਸਫ਼ਰ ਬਹੁਤ ਨਿਬੜਦਾ ਜੀ ਇੱਥੇ। ਲਓ ਜੀ 120 ਕਿਲੋਮੀਟਰ ਦੀ ਸਪੀਡ ਹੋ ਗਈ ਆ, ਕੋਕਾਹਲਾ ਸ਼ੁਰੂ ਹੋ ਗਿਆ। ਇਹ ਕੈਨੇਡਾ ਦਾ ਸਭ ਤੋਂ ਫਾਸਟੈਸਟ ਹਾਈਵੇ ਆ, 120 ਕਿਲੋਮੀਟਰ ਦੀ ਸਪੀਡ, ਹੋਰ ਤੁਹਾਨੂੰ ਕਿਤੇ ਨਹੀਂ ਮਿਲਣੀ। ਤਾਂ ਇਹ ਤੁਹਾਨੂੰ ਇੱਥੇ ਮਿਲ ਗਈ 120 ਕਿਲੋਮੀਟਰ ਦੀ। ਸੋ ਹੁਣ ਗਾਹਾਂ ਜਿਹੜਾ ਸ਼ਹਿਰ ਆਉਣਾ ਮੇਰਠ ਆਉਣਾ 73 ਕਿਲੋਮੀਟਰ ਬਾਅਦ ਐਂਡ ਉਸ ਤੋਂ ਬਾਅਦ ਹੋਪ ਆ ਜਾਣਾ, ਹੋਪ ਤੋਂ ਬਾਅਦ ਆਪਣਾ ਚਲਾ ਵੈਗ ਐਵਸਪੋਰਟ ਐਂਡ ਆਪਣਾ ਸਰੀ ਲੈਂਗਲੀ ਵੈਨਕੂਵਰ ਆ ਜਾਣਾ। ਹੁਣ ਵੈਨਕੂਵਰ ਇੱਥੋਂ 341 ਕਿਲੋਮੀਟਰ ਆ, ਕਲੋਨਾ ਇੱਕ ਸਾਈਡ 'ਤੇ ਰਹਿ ਜਾਂਦਾ ਆ। ਪਰ ਆ ਹੁਣ ਭਈ ਹਾਈਵੇ ਬਹੁਤ ਹੀ ਜ਼ਿਆਦਾ ਫਾਸਟ ਆ ਇਹ, ਪਰ ਬਹੁਤ ਵਧੀਆ ਆ। ਸੋ ਇਸ ਕਰਕੇ ਕਈ ਵਾਰ ਕੀ ਹੁੰਦਾ ਉੱਥੇ ਸਨੋਅ ਨਹੀਂ ਪੈਂਦੀ ਹੁੰਦੀ, ਯਕਦਮ ਹੀ ਇੱਥੇ ਬਹੁਤ ਜ਼ਿਆਦਾ ਪੈਣ ਲੱਗ ਪੈਂਦੀ ਆ। ਸੋ ਉਹਦੇ ਲਈ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਤੁਹਾਡਾ ਸਭ ਤੋਂ ਈਜ਼ੀ ਤਰੀਕਾ ਜਿਹੜਾ ਦੱਸਦੇ ਹੁੰਦੇ ਵੀ ਜਿਹੜੀਆਂ ਚੀਜ਼ਾਂ ਮਸਤ ਤੁਹਾਡੇ ਲਈ ਕਰਨੀਆਂ ਆ, ਉਹ ਹੈਗਾ ਵੀ ਤੁਹਾਡਾ ਟੈਂਕ ਫੁੱਲ ਹੋਣਾ ਚਾਹੀਦਾ। ਅਤੇ ਜੇ ਕਦੇ ਤੁਹਾਨੂੰ ਇੱਥੇ ਰਾਤ ਕੱਟਣੀ ਵੀ ਪੈ ਜਾਵੇ, ਕਈ ਵਾਰ ਇਹ ਬਹੁਤ ਵਾਰ ਇਹ ਹੁੰਦਾ ਹਾਈਵੇ 'ਤੇ ਐਕਸੀਡੈਂਟ ਹੋ ਜਾਂਦਾ, ਹਾਈਵੇ ਰੁਕ ਜਾਂਦਾ,
ਤੁਹਾਨੂੰ ਇੱਕ ਇੱਕ ਦੋ ਦੋ ਦਿਨ ਵੀ ਹਾਈਵੇ 'ਤੇ ਕੱਟਣੇ ਪੈਂਦੇ ਆ। ਤੁਹਾਡੇ ਕੋਲ ਫੁੱਲ ਟੈਂਕ ਹੋਇਆ ਤਾਂ ਐਟਲੀਸਟ ਤੁਸੀਂ ਆਪਣੀ ਹੀਟ ਤੁਹਾਨੂੰ ਮਿਲ ਸਕਦੀ ਆ। ਫੂਡ ਐਕਸਟਰਾ ਰੱਖੋ, ਕੱਪੜੇ ਐਕਸਟਰਾ ਗਰਮ ਰੱਖੋ। ਕਈ ਵਾਰ ਕੀ ਹੁੰਦਾ, ਆਪਾਂ ਨੂੰ ਹੁੰਦਾ ਵੀ ਗੱਡੀ ਦੇ ਵਿੱਚ ਤਾਂ ਹੀਟ ਹੈਗੀ ਆ, ਆਪਾਂ ਨੂੰ ਉਹ ਕੱਪੜੇ ਨਹੀਂ ਲੋੜ ਹੈਗੀ, ਪਰ ਤੁਹਾਨੂੰ ਬਿਲਕੁਲ ਉਹਨਾਂ ਕੱਪੜਿਆਂ ਦੀ ਲੋੜ ਹੈਗੀ ਆ ਜਿਹੜੇ ਕੱਪੜੇ ਗਰਮਾਂ ਵਿੱਚ, ਜਸਟ ਇਨ ਕੇਸ ਤੁਹਾਡੀ ਗੱਡੀ ਖਰਾਬ ਹੋ ਜਾਵੇ, ਤੁਹਾਨੂੰ ਬਾਹਰ ਰਾਤ ਕੱਟਣੀ ਪਵੇ ਜਾਂ ਰਾਤਾਂ ਕੱਟਣੀਆਂ ਪੈਣ, ਤੁਸੀਂ ਸਰਵਾਈਵ ਕਰ ਸਕੋ। ਓਕੇ, ਹੁਣ ਇਸ ਵੇਲੇ ਆਪਾਂ ਨਾ ਮੇਰਠ ਤੋਂ ਅਬਾਊਟ 18 ਕਿਲੋਮੀਟਰ ਦੂਰ ਹਾਂ, ਕੋਕਾਹਲਾ 'ਤੇ ਜਾ ਰਹੇ ਹਾਂ। 120 ਦੀ ਸਪੀਡ ਆ, ਕਰੂਜ਼ ਲੱਗਾ ਆ। ਹੁਣ ਤੁਸੀਂ ਦੇਖੋ ਉਤਰਾਈ ਆ, ਪਰ ਸਾਡੇ ਕੋਲ ਜਿਹੜੀ ਰੇਂਜ ਬਚਦੀ ਆ 152 ਕਿਲੋਮੀਟਰ ਦੀ ਬਚਦੀ ਆ, ਪਰ ਹੁਣ ਡਾਊਨ ਹਿੱਲ ਕਰਕੇ ਉਹ ਥੱਲੇ ਜਿਹੜਾ ਸਾਈਨ ਆਈ ਜਾ ਰਿਹਾ, ਜਦੋਂ ਡਾਊਨ ਹਿੱਲ ਜ਼ਿਆਦਾ ਆ ਜਾਣੀ ਆ, ਇਹ ਘਟਣ ਦੀ ਬਜਾਏ ਵਧਣ ਲੱਗ ਪੈਣੀ ਆ, ਕਿਉਂਕਿ ਇਹ ਚਾਰਜ ਹੋਣਾ ਸ਼ੁਰੂ ਹੋ ਜਾਣਾ। ਸੋ ਇਹੀ ਇਹਦਾ ਬੈਨੀਫਿਟ ਆ ਵੀ ਜਦੋਂ ਆਪਾਂ ਡਾਊਨ ਹਿੱਲ ਜਾਂਦੇ ਹਾਂ ਤਾਂ ਐਨਰਜੀ ਸਮਾਂ ਇਹ ਪ੍ਰੋਡਿਊਸ ਕਰਨ ਲੱਗ ਪੈਂਦਾ, ਔਰ ਪਲੱਸ ਬ੍ਰੇਕਾਂ ਨਹੀਂ ਵੱਢਦਾ ਵੀ, ਕਿਉਂਕਿ ਹੁਣ 152 'ਤੇ ਕਈ ਚਿਰ ਦੀ ਖੜ੍ਹੀ ਆ। ਹੁਣ ਆਪਣੇ ਜਦੋਂ ਐਨਰਜੀ, ਹੁਣ ਜੇ ਤੁਸੀਂ ਦੇਖੋਗੇ 152 ਤੋਂ 154 ਹੋ ਗਏ, ਸੋ 2 ਕਿਲੋਮੀਟਰ ਅਸੀਂ 4-5 ਕਿਲੋਮੀਟਰ ਪਿੱਛੇ ਆਏ ਵੀ ਹੋਣੇ ਆ, ਪਰ 152 ਦੀ ਬਜਾਏ 154 ਹੋ ਗਏ, ਸਮਾਂ 2 ਕਿਲੋਮੀਟਰ ਰੇਂਜ ਹੋਰ ਵੱਧ ਗਈ। ਸੋ ਤੁਹਾਨੂੰ ਦੱਸਦਾ ਰਹਿੰਦਾ ਵੀ ਜਦੋਂ ਇਹਨੂੰ ਲੋਡ ਆ ਉਦੋਂ ਇਹ ਪਾਵਰ ਕੰਜ਼ੂਮ ਕਰਨ ਲੱਗ ਪੈਂਦਾ, ਜਦੋਂ ਉਤਰਾਈ ਆ ਉਦੋਂ ਇਹ ਪਾਵਰ ਪ੍ਰੋਡਿਊਸ ਕਰਨ ਲੱਗ ਪੈਂਦਾ। ਸੋ ਔਰ ਪਲੱਸ ਬ੍ਰੇਕਾਂ ਨਹੀਂ ਵੱਢ ਹੁੰਦੀਆਂ। ਸੋ ਇਹ ਬਹੁਤ ਵਧੀਆ। ਹੁਣ ਗਾਹਾਂ ਆਪਣੇ ਕੋਲ ਰਹਿ ਗਿਆ ਜਿਹੜਾ ਆਪਣਾ ਹੈਗਾ ਆ ਮੇਰਠ ਆ, ਮੇਰਠ ਅਬਾਊਟ 16 ਕਿਲੋਮੀਟਰ ਆ ਇੱਥੋਂ, ਪਰ 16 ਦੇ 16 ਕਿਲੋਮੀਟਰ ਇਹ ਉਤਰਾਈ ਆ। ਸੋ ਨਾਲੇ ਨਾ ਤਾਂ ਸਾਨੂੰ ਬ੍ਰੇਕਾਂ ਟੱਚ ਕਰਨੀਆਂ ਪੈਣੀਆਂ, ਸਮਾਂ ਪਲੱਸ ਆਪਣੀ ਐਨਰਜੀ ਜਿਹੜੀ ਆ ਆਪਾਂ ਸਟੋਰ ਕਰ ਲਈ। ਜਿੱਥੇ ਵੀ ਉਤਰਾਈ ਕੈਨੇਡਾ ਅਮਰੀਕਾ ਵਗੈਰਾ 'ਚ ਆਉਂਦੀ ਆ, ਉੱਥੇ ਆ ਰਨਵੇ ਲੇਨਸ ਬਣਾਈਆਂ ਆ ਵੀ ਜਸਟ ਇਨ ਕੇਸ ਤੁਹਾਡੇ ਟਰੱਕ ਦੀ ਜਾਂ ਤੁਹਾਡੀ ਗੱਡੀ ਦੀ ਬ੍ਰੇਕ ਫੇਲ ਹੋ ਜਾਂਦੀ ਆ, ਤਾਂ ਤੁਸੀਂ ਇਹ ਨਹੀਂਗਾ ਵੀ ਤੁਸੀਂ ਤੁਹਾਡਾ ਐਕਸੀਡੈਂਟ ਹੋਣਾ ਲਾਜ਼ਮੀ ਆ। ਤੁਸੀਂ ਆਹ ਦੇਖੋ ਇਹਨੀ ਰਨਵੇ ਲੇਨ ਬਣਾਈਆਂ ਆ, ਇਸ ਰਨਵੇ ਲੇਨ ਦੇ ਵੱਲ ਨੂੰ ਤੁਸੀਂ ਕਰਦੇ ਹੋ, ਅੱਗੇ ਜਾ ਕੇ ਚੜ੍ਹਾਈ ਆ ਆਟੋਮੈਟਿਕਲੀ ਤੁਹਾਡੀ ਗੱਡੀ ਰੁਕ ਜਾਣੀ, ਜਾਂ ਸੈਂਡ ਜਾਂ ਬਜਰੀ ਪਾਈ ਹੋ ਆ ਜਿੱਥੇ ਤੁਸੀਂ ਇੱਕ ਵੱਡਾ ਐਕਸੀਡੈਂਟ ਹੋਣੋਂ ਤੁਸੀਂ ਬਚ ਜਾਂਦੇ ਆ। ਸੋ ਜਿੱਥੇ ਵੀ ਬਹੁਤ ਡੇਂਜਰਸ ਉਤਰਾਈਆਂ ਹੈਗੀਆਂ ਆ, ਜਿੱਥੇ ਕਾਰ ਦੀ ਜਾਂ ਗੱਡੀ ਦੀ ਬ੍ਰੇਕ ਫੇਲ ਹੋ ਸਕਦੀ ਆ, ਉੱਥੇ ਰਨਵੇ ਲੇਨ ਹਾਈਵੇ 'ਤੇ ਬਣਾਈਆਂ ਆ ਤੁਹਾਡੀ ਸੇਫਟੀ ਦੇ ਲਈ। ਲਓ ਜੀ, ਹੁਣ ਆਪਾਂ ਮੇਰਠ ਦਾ ਐਗਜ਼ਿਟ ਲੈ ਲਿਆ, ਇੱਥੇ ਥੋੜ੍ਹਾ ਜਿਹਾ ਲੰਚ ਵੀ ਕਰ ਲਵਾਂਗੇ ਤਾਂ ਨਾਲੇ ਗੱਡੀ ਚਾਰਜ ਕਰ ਲਵਾਂਗੇ। ਸੋ ਮੇਰਠ, ਕਿਉਂਕਿ ਕੈਮਲੂਪਸ ਐਂਡ ਵੈਨਕੂਵਰ ਦੇ ਵਿੱਚ ਮੇਰਠ ਐਂਡ ਹੋਪ ਦੈਨ ਫਿਰ ਆਪਣੇ ਐਬਸਪੋਰਟ ਆਉਂਦੇ ਆ। ਇਹ ਹੁਣ ਕੋਕਾਹਲਾ ਤੋਂ ਆਪਾਂ ਨਿਕਲ ਗਏ ਹਾਂ, ਇੱਥੋਂ ਕਰ ਲੈਣੀ ਆ ਰਾਈਟ, GPS ਦੱਸ ਰਿਹਾ। ਪਰ ਇੱਥੇ ਵੀ ਜਿਹੜੇ ਆਪਣਿਆਂ ਦੇ ਤੁਸੀਂ ਸੱਜੇ ਖੱਬੇ ਦੇਖੋਗੇ ਗੈਸ ਸਟੇਸ਼ਨਸ ਵਗੈਰਾ ਐਂਡ ਆਪਣੇ ਰੈਸਟੋਰੈਂਟ ਵਗੈਰਾ, ਉਹ ਮੋਸਟਲੀ ਜਾਂ ਈਵਨ ਹੋਟਲ ਵਗੈਰਾ ਵੀ ਉਹ ਆਪਣੇ ਪੰਜਾਬੀਆਂ ਜ਼ਿਆਦਾ ਪੰਜਾਬੀ ਓਨ ਕਰਦੇ ਆ। ਸੋ ਕਈਆਂ ਨੂੰ ਤਾਂ ਆਪਾਂ ਜਾਣਦੇ ਵੀ ਹਾਂ ਪਰਸਨਲ। ਸੋ ਇਹ ਹੁਣ ਵੈਨਕੂਵਰ ਦੇ ਨੇੜੇ ਆਉਣ ਕਰਕੇ ਹੋਰ ਜ਼ਿਆਦਾ ਪੰਜਾਬੀਆਂ ਦੀ ਜਿਹੜੀ ਪਾਪੂਲੇਸ਼ਨ ਆ ਤੁਹਾਨੂੰ ਜ਼ਿਆਦਾ ਦਿਸਣ ਲੱਗ ਪੈਣੀ ਹੈ। ਠੀਕ ਹੈ ਜੀ, ਆਪਾਂ ਸਿੱਧੇ ਜਾਣਾ, GPS ਨੂੰ ਫੋਲੋ ਕਰ ਰਹੇ ਹਾਂ ਅਤੇ ਜਾ ਕੇ ਉੱਥੇ ਚਾਰਜ ਕਰਦੇ ਹਾਂ, ਤਾਂ ਨਾਲੇ ਗੱਡੀ ਚਾਰਜ ਹੋ ਜਾਊਗੀ, ਨਾਲੇ ਕੁਛ ਆਪਣਾ ਲੰਚ ਕਰ। ਮੋਬਲ ਐਪ ਲਓ ਜੀ, ਹੁਣ ਇੱਥੋਂ ਅਸੀਂ ਲੰਚ ਕਰ ਲਿਆ ਮੇਰਠ ਦੇ ਵਿੱਚ, ਆਲਮੋਸਟ 1 ਘੰਟਾ 10 ਮਿੰਟ, 1 ਘੰਟਾ 20 ਮਿੰਟ ਹੋ ਗਏ ਹੋਣੇ ਆ। ਆਪਣੇ ਕੋਲ ਇਹ ਵੀ ਉਹ ਲੈਵਲ 2 ਚਾਰਜਿਸ ਸੀਗਾ, 50 ਕਿਲੋਵਾਟ ਦਾ, ਰਾਈਟ, 50 ਕਿਲੋਵਾਟ ਦਾ। ਸੋ ਉਹਦੇ ਵਿੱਚ ਆਪਣਾ ਹੁਣ 306 ਕਿਲੋਮੀਟਰ ਰੇਂਜ ਹੋ ਗਈ ਆ। ਅਤੇ ਅਗੇਨ ਇਹ ਬਿਹੇਵੀਅਰ ਪੇ ਪਹਾੜਾਂ ਪਹੂੜਾਂ 'ਚ ਐਂ ਕਰਕੇ, ਜੇ ਪੱਧਰੀ ਰੋਡ 'ਤੇ ਆਪਾਂ ਪਿੱਛੇ ਚਲਾ ਕੇ ਆਉਂਦੇ ਤਾਂ ਇਹ ਉਸ ਦਾ 400 ਕੁਛ ਹੁੰਦੀ, ਪਰ ਇਹ 308 ਕਿਲੋਮੀਟਰ ਹੀ ਦਿੱਤੀ ਆ। ਔਰ ਆਪਣਾ ਜਿਹੜਾ ਇਸ ਵੇਲੇ ਜਾਣਾ ਆ, ਆਪਾਂ ਕਿੱਡੀ ਦੂਰ ਜਾਣਾ, ਸਰੀ ਆਪਣਾ ਹੈਗਾ ਉਹ 250 ਕਿਲੋਮੀਟਰ ਦੇ ਕਰੀਬ ਹੈਗਾ, 250 ਕਿਲੋਮੀਟਰ ਇੱਥੇ ਹੁਣੇ ਦੇਖਦੇ ਹਾਂ, ਜਾਂ 248 ਕਿਲੋਮੀਟਰ। ਸੋ 50-60 ਕਿਲੋਮੀਟਰ ਆਪਣੇ ਕੋਲ ਐਕਸਟਰਾ ਹੈਗੇ ਆ। ਵੈਸੇ ਤਾਂ ਮੈਂ ਨੋਰਮਲੀ ਮੈਂ ਕੀ ਕਰਦਾ ਹੁੰਦਾ, ਨੋਰਮਲੀ 100 ਕਿਲੋਮੀਟਰ ਓਵਰ ਰੱਖਦਾ ਹੁੰਦਾ, ਪਰ ਹੁਣ ਆ ਕੇ ਮੈਨੂੰ ਪਤਾ ਵੀ ਗਾਹਾਂ ਕੋਕਾਹਲਾ 'ਤੇ ਉਤਰਾਈ ਆ, ਉਤਰਾਈ ਕਾਫੀ ਘੱਟ ਤੋਂ ਘੱਟ ਦੀ 50 ਕਿਲੋਮੀਟਰ ਦੀ ਉਤਰਾਈ ਆ। ਉੱਥੇ ਆਪਣਾ
ਇਹਨੇ ਸਮਾਂ ਚਾਰਜੇ ਹੋਣਾ, ਇਹਨੇ ਬੈਟਰੀ ਬਹੁਤ ਘੱਟ ਖਾਣੀ ਆ। ਸੋ ਹੁਣ ਅਸੀਂ ਇੱਥੋਂ ਜਾਣ ਲੱਗੇ ਹਾਂ, ਹੁਣ ਕੈਲਗਰੀ ਤੋਂ ਜੇ ਆਪਾਂ ਸਾਰਾ ਲਾਈਏ ਪਈ, ਮੋਸਟਲੀ ਕੈਲਗਰੀ ਤੋਂ ਵੈਨਕੂਵਰ ਜਾਣ ਲਈ 1100 ਕਿਲੋਮੀਟਰ ਦਾ ਸਫ਼ਰ ਵਾ। ਔਰ ਜਦੋਂ ਆਪਾਂ ਜੇ ਆਪਾਂ ਪੈਟਰੋਲ ਗੱਡੀ 'ਚ ਆਉਂਦੇ ਹਾਂ ਤਾਂ ਤੁਹਾਨੂੰ ਐਟਲੀਸਟ ਰਾਹ ਦੇ ਵਿੱਚ 2 ਵਾਰ ਗੈਸ ਪਾਉਣੀ ਪੈਂਦੀ, ਜਿਹੜੀ ਆਮ ਨੋਰਮਲ ਟੈਂਕ ਦੇ ਨਾਲ ਮਿਨੀਮਮ 2 ਵਾਰ। ਸੋ ਇਹ ਟਰੱਕ ਸਾਨੂੰ ਮੰਨ ਲਓ 2 ਦੀ ਬਜਾਏ 3 ਵਾਰ ਸਾਨੂੰ ਖੜ੍ਹਨਾ ਪਿਆ। ਅਤੇ ਹੁਣ ਪਹਿਲੀ ਵਾਰ ਆਪਾਂ ਖੜ੍ਹੇ ਸੀਗੇ, ਸਾਨੂੰ ਪਤਾ ਵੀ ਨਹੀਂ ਸੀਗਾ ਕਿਉਂਕਿ ਇਹਦੇ GPS ਸਿਸਟਮ ਦੇ ਵਿੱਚ ਅਜੇ ਅਪਡੇਟ ਵੀ ਨਹੀਂ ਹੋਇਆ, ਤਾਂ ਗੋਲਡਨ ਖੜ੍ਹੇ। ਗੋਲਡਨ ਤੋਂ ਬਾਅਦ ਆਪਾਂ ਸਲਮਨਾਰਮ ਖੜ੍ਹੇ, ਤਾਂ ਹੁਣ ਮੇਰਠ ਖੜ੍ਹ ਕੇ ਤਾਂ ਅਸੀਂ ਹੁਣ ਸਿੱਧੇ ਸਰੀ ਪਹੁੰਚਣਾ, ਅਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਦੱਸਦੇ ਹਾਂ। ਸੋ 310 ਕਿਲੋਮੀਟਰ ਜਾਂ 311 ਕਿਲੋਮੀਟਰ ਦੀ ਰੇਂਜ ਵਾ, 250 ਕਿਲੋਮੀਟਰ ਜਾਣਾ ਸਾਡੇ ਕੋਲ, 60-61 ਕਿਲੋਮੀਟਰ ਓਵਰ ਹੈਗੇ ਆ, ਬਾਕੀ ਉੱਥੇ ਜਾ ਕੇ ਤੁਹਾਨੂੰ ਦੱਸਦੇ ਹਾਂ। ਲਓ ਜੀ, ਹੁਣ ਡਾਊਨ ਹਿੱਲ ਸ਼ੁਰੂ ਹੋ ਗਈ ਆ। ਇੱਥੇ ਡਾਊਨ ਹਿੱਲ 'ਤੇ ਵੀ ਟਰੱਕ ਹੌਲੀ ਜਾਂਦੇ ਆ। ਆਹ ਰਨਵੇ ਲੇਨ ਦੇਖੋ ਜੀ, ਰਨਵੇ ਲੇਨ ਬਣੀ ਵਾ ਕਿ ਜੇ ਤੁਹਾਡੀ ਬ੍ਰੇਕ ਫੇਲ ਹੋ ਜਾਵੇ ਤਾਂ ਇੱਧਰ ਉੱਪਰ ਚੜ੍ਹ ਦਿਓ। ਐਨ ਪਲੱਸ ਬਿਊਟੀ ਦੇਖੋ। ਹੁਣ ਆਹ ਜਿਹੜੀ ਹੁਣ ਹੋਪ ਤੱਕ ਇੱਦਾਂ ਹੀ ਡਾਊਨ ਹਿੱਲ ਹੀ ਜਾਣੀ ਆ। ਐਨ ਇਹਦੇ 'ਤੇ ਆਪਣਾ ਜਿਹੜਾ ਹੁਣ ਇਸ ਵੇਲੇ ਆਪਾਂ ਉੱਥੋਂ ਤੁਰੇ ਸੀ, ਆਪਾਂ ਨੂੰ ਸੀਗਾ ਅਬਾਊਟ 60 ਕਿਲੋਮੀਟਰ ਓਵਰ ਸੀਗੇ ਲਿਮਿਟ ਤੋਂ, ਜਿਹੜੇ ਹੁਣ ਆ ਕੇ ਆਪਣੇ 172 ਕਿਲੋਮੀਟਰ ਰਹਿੰਦੇ ਆ, ਤਾਂ 205। ਤੁਸੀਂ ਇਹ ਦੇਖ ਲਓ ਵੀ 60 ਕਿਲੋਮੀਟਰ ਰਹਿ ਕੇ 32 ਕਿਲੋਮੀਟਰ ਰਹਿ ਗਏ ਸੀਗੇ, ਕਿਉਂਕਿ ਚੜ੍ਹਾਈ ਬਹੁਤ ਚੜ੍ਹੇ ਸੀਗੇ। ਪਰ ਹੁਣ ਡਾਊਨ ਹਿੱਲ ਦੇ ਉੱਤੇ ਆਪਾਂ ਨੂੰ ਹੋਰ ਇਹਨੇ ਚਾਰਜ ਹੋ ਜਾਣਾ, ਆਪਣੀ ਰੇਂਜ ਸਮਾਂ ਵੱਧ ਜਾਣੀ ਆ, ਜੇ ਤੁਸੀਂ ਵੈਨਕੂਵਰ ਦਾ ਉਹ ਹੋਪ ਆਉਣਾ ਆ। ਐਂਡ ਉਸ ਤੋਂ ਬਾਅਦ ਚਿਲਾਬੈਕ ਆਉਣਾ ਆ, ਤਾਂ ਫਿਰ ਹੁਣ ਰਨਵੇ ਲੇਨ ਤੁਸੀਂ ਦੇਖ ਲਓ ਬਾਰ ਬਾਰ ਬਣਾਈ ਜਾ ਰਹੇ ਨੇ। ਸੋ ਆਹ ਇੱਕ ਰਨਵੇ ਲੇਨ ਖਤਮ ਹੋਈ ਆ, ਦੂਸਰੀ ਇਨੀ ਫਿਰ 1000 ਮੀਟਰ ਬਾਅਦ ਬਣਾਈ ਆ, ਵੀ ਉਹ ਅੱਗੇ 1-1 ਕਿਲੋਮੀਟਰ ਦੇ ਬਾਅਦ ਜਾਂ ਕੁਛ ਕੁ ਕਿਲੋਮੀਟਰ ਦੇ ਬਾਅਦ ਬਣਾਉਂਦੇ ਜਾਂਦੇ, ਕਿਉਂਕਿ ਇਹ ਬਹੁਤ ਬਹੁਤ ਲੰਬੀ ਐਂਡ ਬਹੁਤ ਸਟੀਪ ਡਾਊਨ ਹਿੱਲ ਆ। ਸੋ ਇਸ ਕਰਕੇ ਇਹ ਟਰੱਕਾਂ ਵਾਲਿਆਂ ਲਈ ਬਹੁਤ ਖਤਰਨਾਕ ਹੈ ਜੀ, ਇਹ ਚੜ੍ਹਨ ਵੇਲੇ ਵੀ ਔਰ ਉਤਰਨ ਵੇਲੇ ਤਾਂ ਹੋਰ ਵੀ ਜ਼ਿਆਦਾ ਖਤਰਨਾਕ ਆ, ਜਦੋਂ ਟਰੱਕ ਸਕਿੱਡ ਕਰਦਾ ਤਾਂ ਫਿਰ ਪ੍ਰੋਬਲਮ ਆਉਂਦੀ ਆ। ਲਓ ਜੀ, ਪਹੁੰਚ ਗਏ ਹਾਂ ਸਰੀ। ਅਗੇਨ ਜਦੋਂ ਆਪਾਂ ਮੇਰਠ ਤੋਂ ਤੁਰੇ ਸੀ ਤਾਂ 60 ਕਿਲੋਮੀਟਰ ਓਵਰ ਸੀਗੇ ਆਪਣੀ ਡੈਸਟੀਨੇਸ਼ਨ ਤੋਂ, ਤਾਂ ਜਦੋਂ ਰਾਤ ਦੇ ਵਿੱਚ ਉਤਰਾਈ ਸੀਗੀ। ਹੁਣ ਵੀ ਆਪਾਂ ਦੇਖੀਏ, ਆਪਾਂ ਡੈਸਟੀਨੇਸ਼ਨ 'ਤੇ ਬਹੁਤ 3-4 ਕਿਲੋਮੀਟਰ 'ਚ ਪਹੁੰਚ ਜਾਣਾ, ਤਾਂ 77 ਕਿਲੋਮੀਟਰ ਰੇਂਜ ਆਪਣੀ ਬਚਦੀ ਆ। ਸੋ ਉਹ ਬਿਲਕੁਲ ਸਹੀ ਰੇਂਜ ਸੀਗੀ ਜਿੱਦਾਂ ਉਹ ਦੱਸਦੇ ਸੀਗੇ ਨਾ, ਬਿਲਕੁਲ ਸਹੀ ਰੇਂਜ ਸੀਗੀ। ਸੋ ਹੁਣ ਆਪਾਂ ਜੇ ਆਪਾਂ ਹੁਣ ਸਾਰਾ ਇਹਦਾ ਕੰਕਲੂਜਨ ਕਰਨਾ ਹੋਵੇ, ਕੈਲਗਰੀ ਤੋਂ ਇੱਥੇ ਤੱਕ ਆਲਮੋਸਟ 1000 ਕਿਲੋਮੀਟਰ, ਤਾਂ ਆਪਾਂ ਨੂੰ 3 ਵਾਰ ਚਾਰਜ ਕਰਨਾ ਪਿਆ, 3 ਵਾਰ ਰਾਹ ਦੇ ਵਿੱਚ ਚਾਰਜ ਕਰਨਾ ਪਿਆ, ਤਾਂ ਟੋਟਲ ਜੇ ਦੇਖੀਏ ਵੀ ਪੈਸੇ ਕਿੰਨੇ ਕੁ ਦੀ ਇਲੈਕਟ੍ਰੀਸਿਟੀ ਲੱਗਣੀ ਸੀਗੀ, ਜੇ ਅਸੀਂ ਟੋਟਲ ਲਾਇਆ ਇਹ ਇੱਕ ਜਗ੍ਹਾ 'ਤੇ, ਤਾਂ ਸਲਮਨਾਰਮ ਤਾਂ ਉਹ ਪੈਸੇ ਲਏ ਨਹੀਂ ਉਹਨੀ, ਮੇਰੇ ਖਿਆਲ ਨਵਾਂ ਕਰਕੇ ਕੁਛ ਕੁ ਚਿਰ ਲਈ ਉਹ ਫਰੀ ਰੱਖਦੇ ਹੁੰਦੇ ਤਾਂ ਕਿ ਲੋਕ ਯੂਜ ਟੂ ਹੋਣ। ਪਰ ਜੇ ਉਹਨੂੰ ਵੀ ਆਪਾਂ ਪਾ ਲਈਏ ਤਾਂ $60, ਕਿਉਂਕਿ ਪਹਿਲਾਂ ਉੱਥੇ ਚਾਰਜ ਹੋਇਆ ਸੀ, $60 ਦੀ ਬਿਜਲੀ ਦੀ ਟੋਟਲ ਕੋਸਟ ਆਈ ਆਪਾਂ ਨੂੰ 1000 ਕਿਲੋਮੀਟਰ 'ਤੇ, ਵੀ ਉਹ ਪਹਿਲਾਂ ਇੱਕ ਫੁੱਲ ਚਾਰਜ ਸੀਗਾ, ਹੁਣ ਘਰ ਜਾ ਕੇ ਆਪਾਂ ਚਾਰਜ ਕਰ ਲੈਣਾ। ਕੰਪੇਅਰਡ ਟੂ ਜਿਹੜਾ ਸਾਡੇ ਕੋਲ ਰੈਮ ਆ ਜਾਂ ਹੋਰ ਵਹੀਕਲ ਹੁੰਦੇ, ਉਹਨਾਂ ਨੇ ਤੇਲ ਖਾਣਾ ਸੀ ਐਟਲੀਸਟ, ਰੈਮ ਦਾ ਮੈਂ ਕੈਲਕੂਲੇਟ ਕੀਤਾ ਸੀ ਅਬਾਊਟ $450 ਦਾ, ਕਿਉਂਕਿ ਡੀਜ਼ਲ ਅਬਾਊਟ $2 ਨੂੰ ਲੀਟਰ ਹੋਇਆ ਆ, ਤਾਂ ਉਹਦੀ ਐਵਰੇਜ ਵੀ ਅਬਾਊਟ 5 ਕਿਲੋਮੀਟਰ ਦੀ ਆਉਂਦੀ ਆ। ਤਾਂ ਜੇ ਆਪਾਂ ਕੋਈ ਛੋਟੀ ਕਾਰ ਦਾ ਦੇ ਨਾਲ ਕੈਲਕੂਲੇਟ ਕਰੀਏ ਤਾਂ ਥੋੜ੍ਹਾ ਘੱਟ ਜਾਣਾ ਸੀ, ਬਟ ਫਿਰ ਵੀ ਇਲੈਕਟ੍ਰੀਸਿਟੀ ਜਿਹੜੀ ਸਿਰਫ $60 ਦੇ ਵਿੱਚ ਤੁਸੀਂ ਕੈਲਗਰੀ ਤੋਂ ਇੱਥੇ ਇਹ ਟਰੱਕ ਆ ਗਿਆ, ਤਾਂ ਇਹ ਬਹੁਤ ਹੀ ਸਸਤਾ ਆ। ਤਾਂ ਔਰ ਕਲੀਨ ਐਨਰਜੀ ਐਂਡ ਸਾਨੂੰ ਆਉਣ ਲਈ ਵੀ 10-11 ਘੰਟੇ ਦੀ ਡਰਾਈਵਿੰਗ ਇਹ ਲੱਗੀ, ਰਾਤ ਵੀ ਕੋਈ ਖਾਸ ਦਿੱਕਤ ਨਹੀਂ ਆਈ। ਸੋ ਪਾਸ ਹੈ ਜੀ ਟਰੱਕ ਬਿਲਕੁਲ ਪਾਸ ਆ। ਤਾਂ ਟੈਸਲਾ ਵਰਗੇ ਰਾਹ ਦੇ ਵਿੱਚ ਚਾਰਜਰ ਹੈ ਨਹੀਂ ਗੇ, GPS ਸਾਡਾ ਬ੍ਰੈਂਡ ਨਿਊ ਕਰਕੇ ਪ੍ਰੋਪਰ ਕੰਮ ਨਹੀਂ ਕੀਤਾ, ਚਾਰਜਿੰਗ ਸਟੇਸ਼ਨ ਸਾਨੂੰ ਮੈਨੂਅਲੀ ਲੱਭਣੇ ਪਏ, ਤਾਂ ਪਰ ਓਵਰਆਲ ਟਰੱਕ ਦੀ ਕੋਈ ਇਸ਼ੂ ਨਹੀਂ ਆਇਆ, ਚੜ੍ਹਾਈਆਂ ਉਤਰਾਈਆਂ ਕਰੂਜ਼ ਲੇਨ ਅਸਿਸਟ ਐਵਰੀਥਿੰਗ ਜਿਹੜਾ ਆ ਵਧੀਆ ਰਿਹਾ। ਸੋ ਪਾਸ ਹੈ ਜੀ, ਬਟ ਟੈਸਲਾ ਵਾਂਗੂ ਟੈਕਨੋਲੋਜੀ ਜਿਹੜੀ ਆ ਜਾਂ ਜਿਹੜਾ ਇਨਫਰਾਸਟ੍ਰਕਚਰ ਟੈਸਲਾ ਨੇ ਬਣਾਇਆ ਆ ਉਹਦੇ ਨੇੜੇ ਤੇੜੇ ਵੀ ਹੈ ਨਹੀਂ ਗਾ, ਕਿਉਂਕਿ ਟੈਸਲਾ 'ਤੇ ਚਾਰਜਿੰਗ ਕਰਨ ਦੇ ਲਈ 1.5 ਘੰਟੇ 'ਚ ਪੂਰੀ ਚਾਰਜ ਹੋ ਜਾਂਦੀ ਆ। ਇਹ ਜਿਹਨਾਂ ਚਾਰਜਰਾਂ 'ਤੇ ਅਸੀਂ ਖੜ੍ਹੇ ਸੀਗੇ
ਉੱਥੇ ਸਾਨੂੰ ਈਵਨ ਦੋ ਦੋ ਘੰਟੇ ਵੀ ਲੱਗੇ ਕਿਉਂਕਿ ਉਹ ਫਾਸਟ ਚਾਰਜਰ ਨਹੀਂ ਸੀਗੇ ਜਾਂ ਅਸੀਂ ਯੂਜ਼ ਟੂ ਨਹੀਂ ਸੀਗੇ ਉਹਨਾਂ ਨੂੰ ਲੱਭਣ ਲਈ। ਸੋ ਓਵਰਆਲ ਬਹੁਤ ਵਧੀਆ ਐਕਸਪੀਰੀਅੰਸ।